ਸ਼ਮਾਦਾਨ ਰੇਡੀਓ ਪੰਜਾਬ ਟੂਡੇ ਸੁਣ ਰਹੇ ਸਾਰੇ ਸਰੋਤਿਆਂ ਦਾ ਸਵਾਗਤ ਹੈ ਜੀ। ਮੈਂ ਦਲਬੀਰ ਬਰਾੜ ਹਾਜ਼ਰ ਹਾਂ ਪ੍ਰੋਗਰਾਮ ਸ਼ਮਾਦਾਨ ਲੈ ਕੇ। ਅੱਜ ਦਿਨ ਹੈ ਜੀ ਸੋਮਵਾਰ ਅਤੇ ਮਈ ਮਹੀਨੇ ਦੀ 15 ਤਰੀਕ ਹੈ ਅਤੇ ਸਮਾਂ ਸਟੂਡੀਓ ਦੀ ਘੜੀ ਮੁਤਾਬਕ ਸ਼ਾਮ ਦੇ 6:30 ਦਾ ਜੀ। ਅਤੇ ਤੁਸੀਂ ਇਸ ਵਕਤ ਰੇਡੀਓ ਪੰਜਾਬ ਟੂਡੇ ਦੇ ਪ੍ਰੋਗਰਾਮ ਸ਼ਮਾਦਾਨ ਵਿੱਚ ਸਾਡੇ ਨਾਲ ਬਠਿੰਡਾ ਸਟੂਡੀਓ ਤੋਂ ਲਾਈਵ ਜੁੜੇ ਹੋਏ ਹੋ। ਅਤੇ ਤੁਸੀਂ ਜਾਣਦੇ ਹੋ ਕਿ ਦੇਸ਼ਾਂ ਵਿਦੇਸ਼ਾਂ ਵਿੱਚ ਰੇਡੀਓ ਪੰਜਾਬ ਟੂਡੇ ਦਾ ਇਹ ਪ੍ਰੋਗਰਾਮ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਹਫ਼ਤੇ ਦੇ 5 ਦਿਨ ਲਾਈਵ ਪ੍ਰਸਾਰਿਤ ਕੀਤਾ ਜਾਂਦਾ। ਅਤੇ ਹੁਣ ਕੁਝ ਵਪਾਰਕ ਸੁਨੇਹੇ। ਅਮਰੀਕਾ ਵਿੱਚ ਔਨਲਾਈਨ ਸਾਈਲਮ ਦੇ ਕੇਸਾਂ ਦੇ ਲਈ ਤੁਸੀਂ ਸੰਪਰਕ ਕਰ ਸਕਦੇ ਹੋ ਰਾਜਵਿੰਦ ਸਿੰਘ ਹੋਣਾ ਦੇ ਨਾਲ 718-612-1188 'ਤੇ 7186122188। ਰਾਜਵੀਰ ਸਿੰਘ ਜੀ ਇਹ ਜਿਊਜ਼ ਕੰਪਨੀ ਨਾਲ ਕੰਮ ਕਰਦੇ ਹਨ ਅਤੇ ਸਾਰੇ ਅਮਰੀਕਾ 'ਚ ਕੇਸ ਲੜਦੇ ਹਨ। ਇਹਨਾਂ ਦਾ ਸਕਸੈਸ ਰੇਟ ਦੂਜਿਆਂ ਨਾਲੋਂ ਬਹੁਤ ਜ਼ਿਆਦਾ ਹੈ। ਅਸਾਈਲਮ ਦੇ ਕੇਸਾਂ ਲਈ ਤੁਸੀਂ ਰਾਜਵੀਰ ਹੋਣਾ ਨਾਲ ਸੰਪਰਕ ਸਥਾਪਿਤ ਕਰ ਸਕਦੇ ਹੋ 718-612-1188 'ਤੇ। ਏਸੀ ਜਿਊਲਰ ਵੱਲੋਂ ਮਦਰ ਡੇ ਮੌਕੇ ਵੱਡਾ ਐਲਾਨ ਹੋਇਆ ਜੀ। ਹੀਰੇ ਦੇ ਗਹਿਣਿਆਂ 'ਤੇ 50% ਛੋਟ, ਸੋਨੇ ਦੇ ਗਹਿਣਿਆਂ ਦੇ ਨਾਲ ਸਪੈਸ਼ਲ ਗਿਫਟ। ਅਤੇ ਫਿਰ ਜਲਦੀ ਕਾਲ ਕਰੋ ਏਸੀ ਜਿਊਲਰ 253-656-2666 'ਤੇ। ਇਹਨਾਂ ਦਾ ਪਤਾ ਜੀ 25416-104 ਐਵਨਿਊ ਸਾਊਥ ਈਸਟ ਕੈਂਟ ਵਾਸ਼ਿੰਗਟਨ। ਫੋਨ ਨੰਬਰ ਇੱਕ ਵਾਰ ਫਿਰ ਨੋਟ ਕਰ ਲਓ ਜੀ, ਏਸੀ ਜਿਊਲਰਸ 253-656-2666। ਬਿਲਕੁਲ ਜੀ, ਤੁਸੀਂ ਵਧੀਆ ਨਵਾਂ ਘਰ ਜਾਂ ਬਿਜ਼ਨਸ ਬਣਾਉਣਾ ਹੈ ਜਾਂ ਜੀ ਐਡੀਸ਼ਨ ਕਰਾਉਣੀ ਹੈ ਤਾਂ ਵਾਸ਼ਿੰਗਟਨ ਸਟੇਟ ਦੇ ਵਿੱਚ ਸੰਪਰਕ ਕਰ ਸਕਦੇ ਹੋ ਗੁਰਿੰਦਰ ਗਰੇਵਾਲ ਹੋਰਾਂ ਦੇ ਨਾਲ 206-942-5454। ਸਕਿਨ, ਹਾਈਪਰਟੈਂਸ਼ਨ, ਸ਼ੂਗਰ ਜਾਂ ਫਿਰ ਸੈਕਸ ਰਿਲੇਟਡ ਕੋਈ ਵੀ ਬਿਮਾਰੀ ਹੋਵੇ ਤਾਂ ਤੁਸੀਂ ਅਮਰੀਕਾ ਦੇ ਮਸ਼ਹੂਰ ਹੋਮਿਓਪੈਥੀ ਦੇ ਡਾਕਟਰ ਹਰਮਿੰਦਰ ਨਾਲ 408-737-7100 'ਤੇ ਉੱਤੇ ਅਪੁਆਇੰਟਮੈਂਟ ਬਣਾ ਸਕਦੇ ਹੋ। ਇਹ ਫੋਨ 'ਤੇ ਹੀ ਤੁਹਾਡੇ ਨਾਲ ਪੰਜਾਬੀ ਵਿੱਚ ਸਲਾਹ ਮਸ਼ਵਰਾ ਕਰਦੇ ਨੇ ਅਤੇ ਤੁਹਾਡੇ ਘਰ ਦਵਾਈ ਵੀ ਭੇਜ ਦਿੰਦੇ ਨੇ। ਇਸੇ ਤਰ੍ਹਾਂ ਬੁੱਕ ਕੀਪਿੰਗ, ਪਰਸਨਲ ਟੈਕਸਿਸ, ਪੇ ਰੋਲ ਟੈਕਸਿਸ, ਸਟੇਟ ਟੈਕਸਿਸ, ਬਿਜ਼ਨਸ ਟੈਕਸ ਦੀਆਂ ਸੇਵਾਵਾਂ ਲੈਣ ਦੇ ਲਈ ਇੱਕੋ ਇੱਕ ਤਸੱਲੀ ਬਖਸ਼ ਅਦਾਰਾ ਐਕੂਰੇਟ ਅਕਾਊਂਟਸ ਐਂਡ ਟੈਕਸਿਸ ਵਾਲੇ ਮਹਿੰਦਰ ਸੋਲ ਅਤੇ ਲੋਕਪਾਲ ਸੋਲ ਨਾਲ 253-520-8886 'ਤੇ ਸੰਪਰਕ ਕਰ ਸਕਦੇ ਹੋ। ਇਹਨਾਂ ਦਾ ਪਤਾ ਜੀ 24915-104 ਐਵਨਿਊ ਸਾਊਥ ਈਸਟ ਕੈਂਟ ਵਾਸ਼ਿੰਗਟਨ। ਤੁਸੀਂ ਇਹਨਾਂ ਨਾਲ ਪੰਜਾਬੀ ਵਿੱਚ ਵੀ ਗੱਲ ਕਰ ਸਕਦੇ ਹੋ ਅਤੇ ਸਾਡੇ ਰੇਡੀਓ ਪੰਜਾਬ ਟੂਡੇ ਦੇ ਮੈਨੇਜਿੰਗ ਡਾਇਰੈਕਟਰ ਸਵਰਨ ਦਾਨੇਵਾਲੀਆ, ਜਿਹੜੇ ਕਿ ਪਿਛਲੇ ਸਮੇਂ ਦੌਰਾਨ ਅਮਰੀਕਾ ਅਤੇ ਕਨੇਡਾ ਦੇ ਟੂਰ 'ਤੇ ਸਨ, ਅਮਰੀਕਾ ਕਨੇਡਾ ਦੇ ਵਿਦਿਆਰਥੀਆਂ ਦੀ ਉੱਥੋਂ ਦੀ ਜ਼ਮੀਨੀ ਹਕੀਕਤ ਨੌਕਰੀਆਂ ਸੰਬੰਧੀ ਅਤੇ ਹੋਰ ਉਹਨਾਂ ਦੇ ਅਮਰੀਕਾ ਕਨੇਡਾ ਟੂਰ ਦੇ ਤਜ਼ਰਬੇ ਤੁਹਾਡੇ ਨਾਲ ਅਸੀਂ ਸਾਂਝੇ ਕਰਾਂਗੇ ਸ਼ਿਵਿੰਦਰ ਜੀ ਤੋਂ ਬਾਅਦ ਪ੍ਰੋਗਰਾਮ ਸ਼ਮਾਦਾਨ ਦੇ ਵਿੱਚ। ਅਤੇ ਹੁਣ ਪ੍ਰੋਗਰਾਮ ਸ਼ਮਾਦਾਨ ਦੇ ਵਿੱਚ ਅਸੀਂ ਸਵਾਗਤ ਕਰਦੇ ਹਾਂ ਸੀਨੀਅਰ ਪੱਤਰਕਾਰ ਸ਼ਿਵਿੰਦਰ ਜੀ ਦਾ। ਸ਼ਿਵਿੰਦਰ ਜੀ ਤੋਂ ਬਾਅਦ ਦਾਨੇਵਾਲੀਆ ਸਾਹਿਬ ਸਾਡੇ ਨਾਲ ਰਹਿਣਗੇ। ਸ਼ਿਵਿੰਦਰ ਜੀ, ਸਵਾਗਤ ਹੈ ਪ੍ਰੋਗਰਾਮ ਸ਼ਮਾਦਾਨ ਦੇ ਵਿੱਚ ਜੀ। ਸ਼ਿਵਿੰਦਰ ਜੀ, ਤੁਹਾਡੀ ਆਵਾਜ਼ ਆ ਰਹੀ ਹੈ ਜੀ? ਮੈਨੂੰ ਤਾਂ ਸ਼ਿਵਿੰਦਰ ਜੀ ਸਵਾਗਤ ਹੈ, ਤੁਹਾਡੀ ਆਵਾਜ਼ ਥੋੜ੍ਹੀ ਥੋੜ੍ਹੀ ਕੱਟ ਕੇ ਆ ਰਹੀ ਹੈ ਅਤੇ ਦੇਖਦੇ ਹਾਂ ਕਿੱਥੇ ਕੋਈ ਦੂਸਰੇ ਫੋਨ ਜੀ। ਸ਼ਿਵਿੰਦਰ ਜੀ, ਲੱਗਦਾ ਸ਼ਿਵਿੰਦਰ ਜੀ ਨਾਲ ਸਾਡਾ ਜਿਹੜਾ ਹੈਗਾ ਸੰਪਰਕ ਹੋ ਰਿਹਾ, ਹੁਣੇ ਹੋ ਜਾਏਗਾ। ਬਿਲਕੁਲ, ਰੇਡੀਓ ਪੰਜਾਬ ਟੂਡੇ ਦੇ ਉੱਤੇ ਸ਼ਿਵਿੰਦਰ ਜੀ ਨਾਲ ਵਿਚਾਰ ਚਰਚਾ ਜਿਹੜੀ ਹੈਗੀ ਆ ਉਹ ਕਰਨਾਟਕ ਚੋਣਾਂ ਹੋ ਕੇ ਹਟੀਆਂ, ਉਹਨਾਂ ਦੇ ਨਤੀਜੇ ਆਏ ਆ। ਜਲੰਧਰ 22 ਇਲੈਕਸ਼ਨ ਹੋਇਆ, ਉਹਦੇ ਨਤੀਜੇ ਆਏ ਆ, ਤਾਂ ਇਹਨਾਂ ਸੰਬੰਧੀ ਗੱਲਬਾਤ ਕਰਾਂਗੇ। ਇਸੇ ਤਰ੍ਹਾਂ ਪਟਿਆਲਾ ਦੇ ਵਿੱਚ ਇੱਕ ਬੜੀ ਦਰਦਨਾਕ ਘਟਨਾ ਵਾਪਰਦੀ ਆ, ਬੇਅਦਬੀ ਦੀ, ਅਤੇ ਭਾਵੇਂ ਕਿ ਆਰੋਪੀ ਦਾ ਮੌਕੇ 'ਤੇ ਹੀ ਕਤਲ ਹੋ ਜਾਂਦਾ, ਇਸ ਬਾਰੇ ਵੀ ਬੇਅਦਬੀ ਦੀਆਂ ਘਟਨਾਵਾਂ ਬਾਰੇ ਗੱਲ ਕਰਾਂਗੇ। ਇਸੇ ਤਰ੍ਹਾਂ ਗੁਆਂਢੀ ਮੁਲਕ ਪਾਕਿਸਤਾਨ ਦੇ ਵਿੱਚ ਕਿਹੋ ਜਿਹੇ ਸਿਆਸੀ ਤੂਫਾਨ ਨੇ ਪਾਕਿਸਤਾਨ ਨੂੰ ਘਿਰਿਆ ਹੋਇਆ, ਉਹਦੇ ਬਾਰੇ ਗੱਲ ਕਰਾਂਗੇ। ਦੇਖਦੇ ਹਾਂ ਸ਼ਿਵਿੰਦਰ ਹੋਣਾ ਨਾਲ ਸਾਡਾ ਰਾਬਤਾ ਕਾਇਮ ਹੁੰਦਾ ਕਿ ਨਹੀਂ। ਸ਼ਿਵਿੰਦਰ ਜੀ, ਆਵਾਜ਼ ਆ ਰਹੀ ਹੈ ਜੀ? ਜੀ, ਮੇਰੀ ਆਵਾਜ਼ ਆ ਰਹੀ ਹੈ ਤੁਹਾਡੇ ਤੱਕ? ਜੀ ਜੀ, ਸਵਾਗਤ ਹੈ ਜੀ ਪ੍ਰੋਗਰਾਮ ਸ਼ਮਾਦਾਨ ਦੇ ਵਿੱਚ।
ਬਹੁਤ ਬਹੁਤ ਸ਼ੁਕਰੀਆ ਬਰਾੜ ਸਾਹਿਬ, ਮਿਹਰਬਾਨੀ ਜੀ। ਸ਼ਿਵਿੰਦਰ ਜੀ, ਕਰਨਾਟਕ ਚੋਣਾਂ ਦੇ ਵਿੱਚ ਬੜੀ ਜਿਹੜੀ ਹੈ ਜਿਹੋ ਜੀ ਸਾਨੂੰ ਸੁਣਨ ਦੇ ਵਿੱਚ ਆ ਰਿਹਾ ਸੀਗਾ, ਉਹੀ ਉਸ ਤੋਂ ਵੀ ਵੱਧ ਕੇ ਕਰਨਾਟਕਾ ਦੇ ਵਿੱਚ ਕਾਂਗਰਸ ਜਿਹੜੀ ਹੈ ਉਹ ਕਾਫੀ ਲੀਡ ਦੇ ਉੱਤੇ ਆਪਣੀ ਸਰਕਾਰ ਬਣਾਉਣ ਦੇ ਵਿੱਚ ਸਫਲ ਹੋਈ ਹੈ, ਪਰ ਸਵਾਲ ਇਹ ਹੁੰਦਾ ਮੋਦੀ ਕਿਉਂ ਨਹੀਂ ਹੋ ਸਕਿਆ ਕਰਨਾਟਕਾ 'ਚ ਮੁਮਕਿਨ, ਇਹਦੇ ਬਾਰੇ ਕੀ ਕਹਿਣਾ ਚਾਹੋਗੇ? ਬਸ ਦੇਖੋ, ਇੱਕ ਤਾਂ ਸਭ ਤੋਂ ਪਹਿਲਾਂ ਕਿ ਇਹ ਜਿਹੜਾ ਪ੍ਰਚਾਰ ਹੈ ਕਰਨਾਟਕ ਦਾ ਇਕੱਲਾ ਭਾਜਪਾ ਵੱਲੋਂ ਹੁਣੇ ਤੋਂ ਨਹੀਂ ਚਲਾਇਆ ਗਿਆ, ਮਤਲਬ ਇੱਕ ਮਹੀਨੇ ਤੋਂ ਜਾਂ 2 ਮਹੀਨੇ ਤੋਂ ਇਹ ਪ੍ਰਚਾਰ ਗੁਜਰਾਤ ਜਿੱਤਣ ਤੋਂ ਝੱਟ ਬਾਅਦ, ਮਤਲਬ ਤੁਸੀਂ ਮੰਨ ਕੇ ਚੱਲੋ ਵੀ 6 ਮਹੀਨੇ ਦਾ ਪ੍ਰਚਾਰ ਚੱਲਦਾ ਸੀ ਇਹ। ਜਿਵੇਂ ਗੁਜਰਾਤ ਵਿੱਚੋਂ ਨਰਿੰਦਰ ਮੋਦੀ ਜਿੱਤੇ, ਉਹਨਾਂ ਨੇ ਇੱਕ ਵੱਡਾ ਸਾਰਾ ਜਿਹੜਾ ਹੈਗਾ ਵੱਡੀ ਸਾਰਾ ਜਿਹੜਾ ਰੋਡ ਸ਼ੋਅ ਕੀਤਾ ਸੀਗਾ ਕਰਨਾਟਕ ਦੇ ਵਿੱਚ, ਉਦੋਂ ਇਹ ਇਸ਼ਾਰਾ ਸੀ ਕਿ ਹੁਣ ਮੇਰਾ ਧਿਆਨ ਜਿਹੜਾ ਹੈ ਉਹ ਕਰਨਾਟਕ ਵੱਲ ਆ। ਉਦੋਂ ਹੀ ਜਿਹੜਾ ਹੈਗਾ ਲਵ ਜਹਾਜ਼, ਉਦੋਂ ਹੀ ਬੁਰਕਾ ਵਾਲੇ ਇਸ਼ੂ, ਇਸ ਤਰ੍ਹਾਂ ਦੇ ਸੈਂਸਿਟਿਵ ਇਸ਼ੂ ਉਭਾਰਨੇ ਸ਼ੁਰੂ ਕਰ ਦਿੱਤੇ ਜਿਹਦੇ ਨਾਲ ਪੋਲਰਾਈਜ਼ ਕੀਤਾ ਜਾ ਸਕੇ। ਇਹਦੇ ਨਾਲ ਨਾਲ ਹੀ ਫਿਰ ਜਦੋਂ ਤਾਬੜ ਤੋੜ ਹਮਲੇ ਕੀਤੇ ਇੱਥੇ ਆ ਕੇ, ਜਦੋਂ ਆ ਹੁਣੀ ਥੋੜੇ ਚਿਰ ਬਾਅਦ ਵਿੱਚ ਚੋਣ ਪ੍ਰਚਾਰ ਹੋਇਆ, ਉਹ ਵੀ ਅਸੀਂ ਦੇਖੇ ਹੈਗੇ ਆ ਵੀ ਨਰਿੰਦਰ ਮੋਦੀ ਨੇ ਕੀ ਕੀਤਾ ਕਿ ਦੇਖੋ ਭਾਈ ਬਜਰੰਗ ਬਲੀ ਵਾਲਾ ਮੁੱਦਾ ਲਿਆਂਦਾ, ਹੋਰ ਲਿਆਂਦੇ, ਲੇਕਿਨ ਇਹ ਕੁਛ ਨਹੀਂ ਚੱਲਿਆ ਹੈਗਾ। ਕਾਫੀ ਸ਼ਾਨਦਾਰ ਜਿੱਤ, ਕਾਂਗਰਸ ਦੀ ਸੰਭਾਵਨਾ ਤੋਂ ਵੀ ਵੱਧ ਜਿੱਤ, 136 ਸੀਟਾਂ 224 ਸੀਟਾਂ ਦੇ ਵਿੱਚੋਂ ਲਈਆਂ ਨੇ। ਇਹਦੇ ਵਿੱਚ ਨਰਿੰਦਰ ਮੋਦੀ ਦੀ ਜਿਹੜੀ ਬੀਜੇਪੀ ਆ ਉਹਦੀ ਹਾਰ ਹੋਈ ਆ, 65 ਸੀ, 65 ਸੀਟਾਂ ਦੇ ਉੱਤੇ ਭਾਜਪਾ ਖੜੀ ਹੋ ਗਈ। ਤੇ ਉਦੋਂ ਜਨਤਾ ਦਲ ਸੈਕੂਲਰ ਜਿਹੜਾ ਚਾਹੁੰਦਾ ਸੀਗਾ ਕਿ ਅਸੀਂ ਕਿੰਗ ਮੇਕਰ ਦੀ ਭੂਮਿਕਾ ਨਿਭਾਵਾਂਗੇ, ਉਹ ਵੀ 19 ਸੀਟਾਂ ਦੇ ਉੱਤੇ ਲੋਕਾਂ ਨੇ ਕਿਤੇ ਨਾ ਕਿਤੇ ਰੋਕ ਕੇ ਰੱਖ ਦਿੱਤਾ। ਇਹਦੇ ਵਿੱਚ ਕੁੱਲ ਮਿਲਾ ਕੇ ਜਿਹੜੀ ਚੀਜ਼ ਹੈ, ਇੱਕ ਤਾਂ ਦੇਖੋ ਕਾਂਗਰਸ ਦੀ ਰਹੀ ਹੈ ਕਿ ਉਹਨਾਂ ਨੇ ਲੋਕਲ ਲੀਡਰਸ਼ਿਪ ਹੈ ਉਹਨੂੰ ਤਰਜੀਹ ਦਿੱਤੀ ਹੈ। ਆਮ ਤੌਰ ਉੱਤੇ ਕਾਂਗਰਸ ਲੋਕਲ ਲੀਡਰਸ਼ਿਪ ਨੂੰ ਤਰਜੀਹ ਨਹੀਂ ਦਿੰਦੀ, ਜਿਵੇਂ ਪੰਜਾਬ ਹੋ ਗਿਆ ਜਾਂ ਹੋਰ, ਉਹ ਸਮਝਦੇ ਆ ਵੀ ਉਹਨਾਂ ਨੂੰ ਅਸੀਂ ਆਪਣੇ ਇਸ਼ਾਰੇ ਤੇ ਆਪ ਹੀ ਚਲਾਵਾਂਗੇ। ਇੱਥੇ ਏਦਾਂ ਨਹੀਂ ਹੋਇਆ, ਇੱਥੇ 2 ਵੱਡੇ ਗਰੁੱਪ ਸੀ ਕਾਂਗਰਸੀਆਂ ਦੇ। ਇੱਕ ਤਾਂ ਸਿਧਾਰਮਈਆ ਦਾ ਸੀਗਾ ਜਿਹੜੇ ਕਿ ਸਾਬਕਾ ਮੁੱਖ ਮੰਤਰੀ ਰਹਿ ਚੁੱਕੇ ਹੈਗੇ ਨੇ, ਦੂਜਾ ਸੀਗਾ ਡੀ ਕੇ ਸ਼ਿਵ ਕੁਮਾਰ ਦਾ ਜੋ ਕਿ ਮੌਜੂਦਾ ਸਮੇਂ ਕਾਂਗਰਸ ਪਾਰਟੀ ਦੇ ਪ੍ਰਧਾਨ ਹੈ। ਇਹਨਾਂ ਦੋਹਾਂ ਗਰੁੱਪਾਂ ਨੇ ਬੜੀ ਮਿਹਨਤ ਕੀਤੀ ਤੇ ਆਪਸ ਵਿੱਚ ਤਾਲਮੇਲ ਰੱਖਿਆ। ਮਤਲਬ ਜਿਵੇਂ ਪੰਜਾਬ 'ਚ ਅਸੀਂ ਦੇਖਦੇ ਹਾਂ ਨਾ ਵੀ ਜਿੰਨੇ ਗਰੁੱਪ ਬਣੇ ਹੋਏ ਆ ਉਹ ਇੱਕ ਦੂਜੇ ਦੀਆਂ ਲੱਤਾਂ ਖਿੱਚਣ ਦੇ ਉੱਤੇ ਰਹਿੰਦੇ ਨੇ। ਬਿਲਕੁਲ, ਉਹ ਨਾ ਅੱਗੇ ਨਿਕਲ ਜੇ, ਉਹਦਾ ਨਾਂ ਨਾ ਹੋ ਜੇ ਤੇ ਮੈਂ ਨਾ ਪਿੱਛੇ ਰਹਿ ਜਾ। ਬਿਲਕੁਲ, ਲੱਤਾਂ ਖਿੱਚਦੇ ਦੋਵੇਂ ਗਰੁੱਪਾਂ ਨੇ ਆਪਸ ਵਿੱਚ ਤਾਲਮੇਲ ਰੱਖਿਆ। ਇਹ ਠੀਕ ਹੈ ਕਿ ਗਰੁੱਪ ਦੇ ਤੌਰ ਤੇ ਵਿਚਰਦੇ ਰਹੇ ਵੀ ਸਾਡੇ ਗਰੁੱਪ ਵੱਖਰੇ ਨੇ, ਪਰ ਜਦੋਂ ਕਾਂਗਰਸ ਪਾਰਟੀ ਨੂੰ ਜਿਤਾਉਣ ਦੀ ਗੱਲ ਸੀ ਤਾਂ ਦੋਹਾਂ ਨੇ ਇਕੱਠੇ ਹੋ ਕੇ, ਮਤਲਬ ਵੀ ਮੰਨ ਲਓ ਕਿ ਇੱਕ ਇੱਕ ਜਗ੍ਹਾ ਦੇ ਵਿੱਚ ਤੇਰਾ ਆਧਾਰ ਹੈ ਤੇ ਠੀਕ ਹੈ ਭਾਈ, ਇੱਥੇ ਮੈਂ ਕੋਈ ਗੜਬੜੀ ਨਹੀਂ ਕਰੂੰਗਾ, ਇੱਥੇ ਤੇਰੇ ਨਾਲ ਆ ਕੇ ਖੜੂੰਗਾ, ਪ੍ਰਚਾਰ ਕਰੂੰਗਾ। ਇਹ ਇੱਕ ਮਤਲਬ ਨਾ ਚੀਜ਼ ਬੜੀ ਖੂਬਸੂਰਤ ਦੇਖੀ ਹੈਗੀ ਹੈ ਦੋਹਾਂ ਲੀਡਰਾਂ ਦੀ, ਕਿਉਂਕਿ ਦੋਹੇ ਸੁਲਝੇ ਹੋਏ ਲੀਡਰ ਨੇ, ਸਿਆਣੇ ਲੀਡਰ ਨੇ। ਹਾਲਾਂਕਿ ਮੁੱਖ ਮੰਤਰੀ ਦੀ ਜਿਹੜੀ ਇੱਛਾ ਦੋਵੇਂ ਹੀ ਰੱਖਦੇ ਹੋਣਗੇ। ਹੁਣ ਅੰਦਰ ਖਾਤੇ ਖਬਰਾਂ ਇਹ ਵੀ ਆ ਰਹੀਆਂ ਨੇ ਸ਼ਾਇਦ ਕਿ ਮੁੱਖ ਮੰਤਰੀ ਦੇ ਵੇਲੇ ਵੀ ਇਹਨਾਂ ਦੋਹਾਂ 'ਚ ਇੱਦਾਂ ਤਾਲਮੇਲ ਹੋਣ ਵਾਲਾ ਹੈਗਾ ਵੀ ਇੱਕ ਬੰਦਾ ਨੂੰ 2.5 ਸਾਲ ਬਣਾ ਦੇਣਗੇ, ਇੱਕ ਬੰਦੇ ਨੂੰ ਦੂਜੇ ਨੂੰ 2.5 ਸਾਲ, ਜਾਂ ਫਿਰ ਇੱਕ ਨੂੰ 3 ਸਾਲ ਜਾਂ ਦੂਜੇ ਨੂੰ 2 ਸਾਲ, ਇੱਦਾਂ ਕੁਛ ਕਰਨ ਦੀ ਬਿਉਂਤਬੰਦੀ ਅੰਦਰ ਖਾਤੇ ਆ ਰਹੀ ਹੈ। ਬਾਕੀ ਉਹ ਦੇਖਦੇ ਆ ਕੀ ਹੁੰਦਾ। ਪਰ ਇਹਦੇ ਤੋਂ ਬਿਨਾਂ ਜਿਹੜੀਆਂ ਹੋਰ ਚੀਜ਼ਾਂ ਨੇ, ਇੱਕ ਉਹਨਾਂ ਨੇ ਕੀ ਕੀਤਾ ਕਿ ਜਦੋਂ ਜਿਵੇਂ ਜਿਵੇਂ ਬੀਜੇਪੀ ਨੇ ਸੈਂਸਿਟਿਵ ਮੁੱਦੇ ਉਭਾਰੇ, ਉਹਨਾਂ ਨੇ ਕਰਪਸ਼ਨ ਉੱਤੇ ਜਿਹਤੋਂ ਲੋਕ ਬਹੁਤ ਤਪੇ ਹੋਏ ਸੀ, ਬੀਜੇਪੀ ਦੇ ਹਰ MLA ਸਾਰੀ ਸਾਰੀ 40-40% ਕਮਿਸ਼ਨ ਲੈਣ ਲੱਗੇ ਹੋਏ ਸੀਗੇ। ਇਹ ਆਮ ਮੁਹਾਵਰਾ ਬਣ ਗਿਆ ਸੀ ਕਿ ਮਿਸਟਰ 40% ਇਹਨਾਂ ਦੇ MLA ਦਾ। ਕੱਲੇ ਇਹੀ ਛੱਡੋ, ਇਹ ਆਪਣੇ ਆਪ ਨੂੰ ਹਿੰਦੂ ਤਵੀ ਕਹਾਉਂਦੇ ਨੇ, ਜਿਹੜੇ ਉੱਥੇ ਮੱਠ ਬਣੇ ਹੋਏ ਨੇ ਨਾ, ਧਾਰਮਿਕ ਮੱਠ, ਧਾਰਮਿਕ ਮੱਠਾਂ ਦੇ ਮੁਖੀਆਂ ਦਾ ਕਹਿਣਾ ਸੀ ਕਿ ਸਾਡੇ ਕੋਲੋਂ ਵੀ 30-30% ਕਮਿਸ਼ਨ ਲੈਂਦੇ ਨੇ ਹੈਗੇ ਨੇ, ਵੀ ਜਿੰਨੀ ਮਾਇਆ ਮੱਠ ਚ ਆਈ ਆ ਤੇ 30% ਸਾਨੂੰ ਕਮਿਸ਼ਨ ਦੇ ਦਿਓ, ਤੇ ਮੱਠਾਂ ਵਾਲਾ ਕਮਿਸ਼ਨ ਵੀ 30% ਹੋ ਗਿਆ। ਇਹ ਇੱਕ ਹਾਲਤ ਸੀ। ਦੂਜਾ ਕੋਈ ਕੰਮ ਨਹੀਂ ਕੀਤਾ। ਲਿੰਗਾਇਤ ਭਾਈਚਾਰਾ ਇੱਕ ਵੱਡਾ ਭਾਈਚਾਰਾ ਸੀ, ਉਹਦੇ ਆਗੂ ਜਦੋਂ ਨੂੰ ਪਰਾਂ ਕਰ ਦਿੱਤਾ ਗਿਆ, ਉਹਦੀ ਜਗ੍ਹਾ ਉੱਤੇ ਜੋ ਮੁੱਖ ਮੰਤਰੀ ਲਾਇਆ ਗਿਆ, ਉਹ ਕੋਈ ਏਡਾ ਕਾਰਗਰ ਸਾਬਤ ਨਹੀਂ ਹੋਇਆ ਜਿਵੇਂ ਆਪਾਂ ਕਹਿੰਦੇ ਹਾਂ ਪੰਜਾਬੀ 'ਚ ਵੀ ਨਗ ਪੂਰਾ ਕਰਨ ਵਾਲਾ ਸੀ। ਲਿੰਗਾਇਤ ਭਾਈਚਾਰੇ ਦੀ ਵੋਟ ਨੇ ਵੀ ਕਾਫੀ ਯੋਗਦਾਨ ਪਾਇਆ, ਤੇ ਵੱਡੀ ਚੀਜ਼ ਕਿ ਉਹਨਾਂ ਨੇ ਜਿਹੜਾ ਕਰਪਸ਼ਨ ਲੋਕਲ ਮੁੱਦਿਆਂ ਦੇ ਵੱਲ ਧਿਆਨ ਦਿੱਤਾ। ਜਿਹੜਾ ਮੋਦੀ ਨੇ ਬਜਰੰਗ ਬਲੀ ਦਾ ਇਸ਼ੂ ਉਠਾਇਆ ਸੀ ਨਾ, ਉਹ ਲੋਕਲ ਮੁੱਦਿਆਂ ਤੋਂ ਧਿਆਨ ਹਟਾਉਣ ਲਈ ਉਠਾਇਆ ਸੀ, ਪਰ ਕਾਂਗਰਸ ਦਾ ਪੂਰਾ ਫੋਕਸ ਲੋਕਲ ਮੁੱਦਿਆਂ ਵੱਲ ਰਿਹਾ। ਦੂਜੀ ਚੀਜ਼ ਉਹਨਾਂ ਦੀ ਰਹੀ ਕਿ ਜਿਹੜੀਆਂ ਮਾਇਨੋਰਟੀ ਹੈ ਉਹਨਾਂ ਨੂੰ ਇਕੱਠਾ ਕੀਤਾ ਜਾਵੇ। ਮਾਇਨੋਰਟੀ ਦੀ ਵੋਟ ਪਹਿਲਾਂ ਨਾਲੋਂ 7% ਵੱਧ ਪਈ ਹੈ, ਭਾਵੇਂ ਕਿ ਇਹ ਕਹਿਣਾ ਗਲਤ ਆ ਵੀ ਸਾਰੀ ਮਾਇਨੋਰਟੀ ਦੀ ਵੋਟ ਪੈ ਗਈ ਜਾਂ ਫਿਰ ਇਕੱਲੇ ਮਾਇਨੋਰਟੀ ਦੀ ਵੋਟ ਦੇ ਸਿਰ ਤੇ ਜਿੱਤੇ ਆ, ਇਹ ਗੱਲ ਗਲਤ ਆ, ਕਿਉਂਕਿ ਹਿੰਦੂ ਵੋਟ ਸਿਰ ਤੇ ਵੀ ਜਿੱਤੇ ਨੇ ਉਹ, ਕਿਉਂਕਿ ਲੋਕਲ ਇਸ਼ੂ ਜ਼ਿਆਦਾ ਕਾਰਗਰ ਸੀਗੇ, ਪਰ ਮਾਇਨੋਰਟੀ ਦੀ ਵੋਟ ਪਹਿਲਾਂ ਨਾਲੋਂ 6-7% ਜ਼ਿਆਦਾ ਵਧੀ ਆ। ਤੇ ਇਸੇ ਤਰ੍ਹਾਂ ਟ੍ਰਾਈਬਲ ਏਰੀਆ ਹੋ ਗਿਆ,
ਹੋਰ ਜਿਹੜੇ ਉੱਥੇ ਦੇ ਦਲਿਤ ਭਾਈਚਾਰਾ ਹੋ ਗਿਆ, ਕਿਉਂਕਿ ਖੜਗੇ ਦਾ ਚਿਹਰਾ ਵੀ, ਕਿਉਂਕਿ ਖੜਗੇ ਕੌਮੀ ਪ੍ਰਧਾਨ ਨੇ ਕਾਂਗਰਸ ਦੇ, ਕਰਨਾਟਕ ਤੋਂ ਆਉਂਦੇ ਨੇ, ਉਹ ਚਿਹਰਾ ਵੀ ਕਾਫੀ ਕਾਰਗਰ ਹੋਇਆ, ਉਹਨਾਂ ਨੇ ਖੁਦ ਕਈ ਰੈਲੀਆਂ ਕੀਤੀਆਂ। ਇਹਦੇ ਨਾਲ ਦੀ ਨਾਲ ਹੀ ਲਿੰਗਾਇਤ ਭਾਈਚਾਰੇ ਦੇ ਬਾਰੇ ਮੈਂ ਦੱਸਾਂ, ਉੱਥੇ ਉਹਦੀਆਂ 67 ਸੀਟਾਂ ਸੀ ਕਰਨਾਟਕ ਦੇ ਵਿੱਚ, ਲਿੰਗਾਇਤ ਭਾਈਚਾਰੇ ਦੀਆਂ 67 ਦੇ ਵਿੱਚੋਂ 42 ਸੀਟਾਂ ਵੀ ਕਾਂਗਰਸ ਪਾਰਟੀ ਨੇ ਜਿੱਤੀਆਂ ਨੇ, ਪਿਛਲੀ ਵਾਰ ਬੀਜੇਪੀ ਨੇ 41 ਸੀਟਸ ਜਿੱਤੀਆਂ ਸੀਗੀਆਂ। ਇਸੇ ਤਰ੍ਹਾਂ ਬੋਕਾ ਲਿੰਗਾ ਭਾਈਚਾਰਾ, ਬੋਕਾ ਲਿੰਗਾ ਭਾਈਚਾਰੇ ਦਾ ਜ਼ਿਆਦਾ ਅਰਥ ਸੀਗਾ ਉਹ ਜਨਤਾ ਦਲ ਸੈਕੂਲਰ ਦੇ ਵਿੱਚ ਸੀਗਾ, ਜਨਤਾ ਦਲ ਸੈਕੂਲਰ ਦੀ ਕਾਫੀ ਵੋਟ ਨੂੰ ਖੋਰਾ ਲਾਇਆ ਹੈਗਾ, ਉਹ ਖੋਰਾ ਲੱਗਿਆ ਜਿਹਦਾ ਫਾਇਦਾ ਸਿੱਧੇ ਤੌਰ ਦੇ ਉੱਤੇ ਕਾਂਗਰਸ ਪਾਰਟੀ ਨੂੰ ਹੋਇਆ, ਇਹ ਵੀ ਇੱਕ ਵੱਡਾ ਪਹਿਲੂ ਸੀਗਾ। ਦੂਸਰੀ ਚੀਜ਼ ਸੀਗੀ ਕਿ ਰਾਹੁਲ ਗਾਂਧੀ ਨੇ ਜਿੱਥੇ ਜਿੱਥੇ ਭਾਰਤ ਯਾਤਰਾ ਕੀਤੀ ਇਸ ਇਲਾਕੇ ਦੇ ਵਿੱਚ, ਲਗਭਗ 20 ਸੀਟਾਂ ਉੱਤੇ ਭਾਰਤ ਯਾਤਰਾ ਕੀਤੀ ਸੀਗੀ, ਜਿਹੜੇ ਟ੍ਰੈਂਡ ਆ ਰਹੇ ਨੇ ਕਿ ਆ ਚੁੱਕੇ ਹੈਗੇ ਨੇ ਨਤੀਜੇ ਹੁਣ, ਉਹਦੇ ਵਿੱਚੋਂ ਲਗਭਗ 20 ਦੇ ਵਿੱਚੋਂ 18-19 ਸੀਟਾਂ ਜਿੱਤ ਗਏ ਨੇ ਕਾਂਗਰਸ ਪਾਰਟੀ ਵਾਲੇ। ਇਹਦਾ ਮਤਲਬ ਕੀ ਹੈ ਕਿ ਇਹ ਸਬਕ ਵੀ ਹੈ ਕਾਂਗਰਸ ਲਈ ਕਿ ਇੱਕ ਲੜਾਈ ਤਾਂ ਥੋੜੀ ਇਲੈਕਟੋਰਲ ਹੁੰਦੀ ਹੈ, ਜਿਹੜੀ ਤੁਸੀਂ ਚੁਣਾਵੀ ਲੜਾਈ ਹੁੰਦੀ ਹੈ ਉਹਦੇ ਨਾਲ ਨਾਲ ਇੱਕ ਲੜਾਈ ਜਨ ਸੰਘਰਸ਼ਾਂ ਦੀ ਲੜਾਈ ਹੁੰਦੀ ਹੈ, ਉਹ ਸਬਕ ਅੱਗੇ ਲਈ ਕਾਂਗਰਸ ਪਾਰਟੀ ਲਈ ਵੀ ਜਿਹੜੇ ਜਨ ਸੰਘਰਸ਼ਾਂ ਦੀ ਲੜਾਈ ਹੈ ਉਹਦੇ ਨਾਲ ਸਾਡੀ ਜਿਹੜੀ ਚੁਣਾਵੀ ਲੜਾਈ ਦਾ ਜਿਹੜਾ ਇੱਕ ਗੱਠਜੋੜ ਕਿਵੇਂ ਕਰਨਾ ਹੈਗਾ, ਉਹਨਾਂ ਦੋਹਾਂ ਦੇ ਵਿੱਚ ਆਪਸ ਵਿੱਚ ਤਾਲਮੇਲ ਕਿਵੇਂ ਬਣਾਉਣਾ ਹੈਗਾ, ਜਿਹੜੇ ਭਾਰਤ ਪੂਰੇ ਵਿੱਚ ਵੱਖ ਵੱਖ ਸੰਘਰਸ਼ ਚੱਲ ਰਹੇ ਨੇ, ਚਾਹੇ ਕਿਸਾਨੀ ਦਾ ਸੰਘਰਸ਼ ਆ, ਚਾਹੇ ਪਹਿਲਵਾਨਾਂ ਦਾ ਸੰਘਰਸ਼ ਆ, ਚਾਹੇ ਆਦਿਵਾਸੀਆਂ ਦਾ ਸੰਘਰਸ਼ ਆ, ਇਹਦੇ ਨਾਲ ਅਸੀਂ ਆਪਣਾ ਜਿਹੜਾ ਰਿਸ਼ਤਾ ਕਿਵੇਂ ਜੋੜਨਾ ਹੈਗਾ, ਇਹ ਮਤਲਬ ਇੱਕ ਵੱਡੇ ਸਬਕ ਨੇ। ਕਰਨਾਟਕ ਨੇ ਕਈ ਸਾਰੇ ਸਬਕ ਦਿੱਤੇ ਨੇ, ਉਹਨਾਂ ਸਬਕਾਂ ਦੇ ਵਿੱਚੋਂ ਜਿਹੜੇ ਇੱਕ ਸਬਕ ਇਹ ਵੀ ਹੈ। ਦੂਸਰੀ ਗੱਲ ਕਿ DGP ਟੂ ਹੈਡ CBI ਸੂਦ ਸਾਹਿਬ ਕਰਨਾਟਕ ਨੂੰ ਰੀਪ੍ਰੈਜੈਂਟ ਕਰਦੇ ਸੀ, DGP ਸਨ, ਹੁਣ CBI ਨੂੰ ਰੀਪ੍ਰੈਜੈਂਟ ਕਰਨਗੇ। ਜਿਸ ਤਰੀਕੇ ਨਾਲ ਗੈਰ BJP ਸਰਕਾਰਾਂ ਅਸੀਂ ਵੱਖ ਵੱਖ ਸੂਬਿਆਂ ਦੇ ਵਿੱਚ ਦੇਖਦੇ ਹਾਂ ਕਿ ਕਿਸੇ ਤਰੀਕੇ ਨਾਲ ਜਿਹੜਾ ਹੈਗਾ ਉਹਨੂੰ ਤੋੜ ਮਰੋੜ ਕੇ ਜਿਹੜੀ ਹੈਗੀ ਆ ਡੇਗਣ ਦੀ ਕੋਸ਼ਿਸ਼ ਉਪਰਾਲੇ ਹੁੰਦੇ ਆ, ਤਾਂ ਕੀ ਜਿਵੇਂ ਕਾਂਗਰਸ ਦੇ ਇੱਕ ਜਿਹੜਾ ਦੋ ਗਰੁੱਪ ਤੁਸੀਂ ਦੱਸਿਆ, ਇੱਕ ਗਰੁੱਪ ਦੇ ਲੀਡਰ 'ਤੇ ਕਾਫੀ ਕੇਸ ਵੀ ਦਰਜ ਨੇ, ਕਾਫੀ ਉਹਨਾਂ ਨੂੰ ਜਿਹੜਾ ਹੈਗਾ ਫਿਊਚਰ ਦੇ ਵਿੱਚ ਜੇਕਰ ਕੋਈ ਅਹੁਦਾ ਮਿਲਦਾ ਤਾਂ ਉਹਨਾਂ 'ਤੇ ਵੀ ਸ਼ਿਕੰਜਾ ਕਸਣ ਦਾ, ਜਾਂ CBI ਹੁਣ ਕਰਨਾਟਕ ਦੇ ਵਿੱਚ ਸੂਦ ਦੇ ਜ਼ਰੀਏ ਜਿਹੜਾ ਹੈ ਉਹ ਪ੍ਰਭਾਵ ਪਾਊਗੀ ਤੁਹਾਨੂੰ ਲੱਗ ਰਿਹਾ? ਦੇਖੋ BJP ਦੀ ਕੋਸ਼ਿਸ਼ ਹੈਗੀ ਆ ਹਰ ਹਰ ਬਾ ਕਿ ਹਲੇ ਮੁੱਖ ਮੰਤਰੀ ਬਣਿਆ ਨੀ, ਪਹਿਲਾਂ ਹੀ ਇਹ ਖਬਰ ਆ ਗਈ ਕਿ ਕਰਨਾਟਕ ਦਾ DGP ਹੈ ਉਹ ਪ੍ਰਵੀਨ ਸੂਦ, ਜਿਹੜਾ ਹੈਗਾ DGP ਪ੍ਰਵੀਨ ਸੂਦ ਨੂੰ CBI ਦੇ ਨਵੇਂ ਡਾਇਰੈਕਟਰ ਦੀ ਨਿਯੁਕਤ ਕੀਤੀ ਗਈ ਹੈ। ਇਹ ਕਰਨਾਟਕ ਦੇ ਹੀ ਜਿਹੜੇ ਹੈਗੇ ਆ ਪ੍ਰਵੀਨ ਸੂਦ ਹੈਗੇ ਨੇ, ਸੋ ਕਰਨਾਟਕ ਦੇ ਜਿਹੜੇ ਡਾਇਰੈਕਟਰ ਜਨਰਲ ਆਫ ਪੁਲਿਸ, ਕਿਉਂਕਿ ਪਹਿਲਾਂ DGP ਸੀਗੇ ਉੱਥੇ ਦੇ, ਉਹਨਾਂ ਨੂੰ ਜਿਹੜਾ ਹੈਗਾ ਇਹਨਾਂ ਨੇ ਸਿੱਧੇ ਤੌਰ ਉੱਤੇ ਜਿਹੜਾ CBI ਦਾ ਨਵਾਂ ਜਿਹੜਾ ਡਾਇਰੈਕਟਰ ਨਿਯੁਕਤ ਕੀਤਾ ਗਿਆ। ਸੂਦ 1986 ਬੈਂਚ ਦੇ ਕਰਨਾਟਕ ਕੇਡਰ ਦੇ IPS ਅਧਿਕਾਰੀ ਨੇ, ਉਹਨਾਂ ਦਾ ਕਾਰਜਕਾਲ ਉਹਦੇ ਦਾ ਚਾਰਜ ਲੈਣ ਦੀ ਜਿਹੜੀ ਤਰੀਕ ਤੋਂ 2 ਸਾਲ ਦੇ ਲਈ ਹੋਏਗਾ, ਸੁਬੋਧ ਕੁਮਾਰ ਜੈਸਵਾਲ ਦੀ ਥਾਂ ਲੈਣਗੇ। ਸੋ 25 ਮਈ ਨੂੰ ਇਹ ਖਤਮ ਹੋ ਰਿਹਾ, ਭਾਵੇਂ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਲੋਕ ਸਭਾ ਦੇ ਵਿਰੋਧੀ ਧਿਰ ਦੇ ਨੇਤਾ ਅਧੀਰ ਰੰਜਨ ਚੌਧਰੀ ਤੇ ਚੀਫ ਜਸਟਿਸ ਜਿਹੜਾ ਹੈਗਾ DY ਚੰਦਰਚੂੜ ਦੀ ਅਗਵਾਈ ਵਾਲੇ 3 ਮੈਂਬਰੀ ਬੈਂਚ ਨੇ DGP ਪ੍ਰਵੀਨ ਸੂਦ ਤੋਂ ਇਲਾਵਾ 2 ਹੋਰ ਨਾਂ ਸੀਗੇ, ਮੱਧ ਪ੍ਰਦੇਸ਼ ਦੇ DGP ਸੁਧੀਰ ਕੁਮਾਰ ਦਾ ਤੇ ਇਹਦੇ ਨਾਲ ਹੀ ਤਾਜ ਹਸਨ ਜਿਹੜੇ ਕਿ ਡਾਇਰੈਕਟਰ ਜਨਰਲ ਸਰਵਿਸ ਰਹੇ ਨੇ, ਉਹਨਾਂ ਦੇ ਨਾਂ ਵੀ ਜਿਹੜੇ ਸਾਹਮਣੇ ਆਏ ਸੀਗੇ। ਸੋ ਦੱਸਿਆ ਜਾ ਰਿਹਾ ਕਿ CGI ਵੱਲੋਂ ਦਿੱਤੇ ਕੁਝ ਸੁਝਾਵਾਂ ਦੇ ਮਗਰੋਂ ਤਾਜ ਹਸਨ ਦਾ ਨਾਂ ਇਸ ਸੂਚੀ ਵਿੱਚੋਂ ਆਖਰੀ ਮੌਕੇ ਉੱਤੇ ਪਾਇਆ ਗਿਆ ਸੀ। ਦੱਸਿਆ ਜਾ ਰਿਹਾ ਕਿ 3 ਮੈਂਬਰੀ ਜਿਹੜੇ ਕਮੇਟੀ ਆ ਉਹਨੇ ਪੰਜਾਬ ਕੇਡਰ ਦੇ ਜਿਹੜੇ IPS ਅਧਿਕਾਰੀ ਤੇ ਮੌਜੂਦਾ ਸਮੇਂ NIA ਦੇ ਜਿਹੜੇ ਡਾਇਰੈਕਟਰ ਦਿਨਕਰ ਗੁਪਤਾ ਦਾ ਨਾਂ ਵੀ ਵਿਚਾਰ ਚਰਚਾ ਵਿੱਚ ਕੀਤੀ ਸੀ, ਪਰ ਚੌਧਰੀ ਨੇ ਜਿਹੜਾ ਮੀਟਿੰਗ ਦੇ ਦੌਰਾਨ ਸੂਦ ਤੇ ਸਕਸੈਨਾ ਦੇ ਨਾਵਾਂ ਨੂੰ ਅਪਣਾਇਆ। ਦੇਖੋ ਇਹਦੇ ਵਿੱਚ ਇਹਦਾ ਕਾਰਨ ਇਹ ਹੈਗਾ, ਪਹਿਲਾਂ ਤਾਂ ਨਾ ਇਹ ਜਿਹੜਾ CBI ਦਾ ਡਾਇਰੈਕਟਰ ਲਾਉਣ ਲੱਗੇ ਸੀ ਆਪਦੀ ਮਨਮਰਜ਼ੀ ਨਾਲ ਲਾਇਆ ਸੀਗਾ, ਕੁਝ ਇੱਕ ਬੰਦਾ ਰਿਟਾਇਰ ਹੋਇਆ ਉਹਨੂੰ ਜਿਹੜਾ ਜਾ ਕੇ ਜਿਹੜਾ ਫਟਾਫਟ ਲਾ ਦਿੱਤਾ ਇਹਨਾਂ ਨੇ ਝੱਟ। ਫਿਰ ਉਹਦੇ ਬਾਅਦ ਵਿੱਚ ਮਾਮਲਾ ਜਿਹੜਾ ਹੈਗਾ ਸੁਪਰੀਮ ਕੋਰਟ ਕੋਲ ਗਿਆ ਸੀ, ਫਿਰ ਸੁਪਰੀਮ ਕੋਰਟ ਨੇ 3 ਮੈਂਬਰੀ ਕਮੇਟੀ ਬਣਾਈ ਇਹਦੇ ਵਿੱਚ। ਉਹ ਕਮੇਟੀ ਕੀ ਸੀਗੀ ਕਿ ਭਾਈ ਐਂ ਆਪਣੀ ਮਰਜ਼ੀ ਨਾਲ ਨਹੀਂ ਤੁਸੀਂ ਬਣਾ ਸਕੋਗੇ, ਇਹਦੇ ਵਿੱਚ ਵਿਰੋਧੀ ਧਿਰ ਦਾ ਲੀਡਰ CGI ਤੇ ਪ੍ਰਧਾਨ ਮੰਤਰੀ ਇਹ ਸ਼ਾਮਿਲ ਹੋਣਗੇ, ਇਹ 3 ਮੈਂਬਰੀ ਕਮੇਟੀ ਦੇ ਕੋਲ ਨਾਂ ਜਿਹੜੇ ਆਉਣਗੇ ਉਹਦੇ ਆਧਾਰ ਦੇ ਉੱਤੇ ਹੋਊਗਾ। ਇਹਦੇ ਵਿੱਚ ਇੰਨੀ ਕੁ ਪਾਰਦਰਸ਼ਤਾ ਹੈਗੀ ਆ। ਫਿਰ ਇਹ ਵੱਖਰੀ ਗੱਲ ਆ ਕਿ ਕਰਨਾਟਕ ਤੋਂ ਆਇਆ ਹੋਇਆ ਹੈਗਾ ਤੇ ਉਹਦਾ ਇਸਤੇਮਾਲ ਹੋ ਸਕਦਾ ਹੈ, ਸੰਭਾਵਨਾ ਇੱਕ ਤਰ੍ਹਾਂ ਦੀ, ਪਰ ਜਿਹੜੀ ਇਹ ਨਿਯੁਕਤੀ ਹੈ
ਇਹ ਨਿਯੁਕਤੀ ਦਾ ਕਾਰਨ ਜਿਹੜੀ ਹੈਗੀ ਉਹ ਥੋੜਾ ਜਿਹਾ ਸੁਪਰੀਮ ਕੋਰਟ ਕਰਕੇ ਪਾਰਦਰਸ਼ੀ ਹੋਈ ਹੈ, ਨਹੀਂ ਇਹਦੇ ਬਾਅਦ ਪਤਾ ਨਹੀਂ ਹੋਰ ਕਿਹਦਾ ਕਿਹਦਾ ਜਿਹੜਾ ਇਹਨਾਂ ਨੇ ਪਹਿਲਾਂ ਹੀ ਲਾਇਆ ਹੋਇਆ ਸੀ ਉਸੇ ਦਾ ਹੀ ਫਾਇਦਾ ਲੈ ਸਕਦੇ ਸੀ ਇਹ। ਜੀ ਬਿਲਕੁਲ, ਹੁਣ ਤੁਹਾਨੂੰ ਲੱਗਦਾ ਕਿ ਕਰਨਾਟਕ ਦੇ ਵਿੱਚ ਜੋ ਚੋਣ ਨਤੀਜੇ ਆਏ ਆ ਇਹਦਾ ਦੇਸ਼ ਦੀ ਰਾਜਨੀਤੀ ਦੇ ਉੱਤੇ ਕੋਈ ਅਸਰ ਪਊਗਾ, ਆਉਣ ਵਾਲੇ 2024 ਦੇ ਇਲੈਕਸ਼ਨਸ ਦੇ ਉੱਤੇ ਕੋਈ ਅਸਰ ਪਊਗਾ, ਬੀਜੇਪੀ ਦੇ ਉੱਤੇ ਕੋਈ ਨਕਾਰਾਤਮਕ ਪ੍ਰਭਾਵ ਪਊਗਾ ਇਹਦਾ, ਅਤੇ ਕਾਂਗਰਸ ਜਾਂ ਕਾਂਗਰਸ ਦੇ ਨਾਲ ਅਲਾਇੰਸ ਉਹਨੂੰ ਗੇਨ ਹੋਏਗਾ, ਕੀ ਕਿੱਧਰ ਨੂੰ ਰੁੱਖ ਰਹੇਗਾ ਭਵਿੱਖ ਦਾ? ਮੈਨੂੰ ਲੱਗਦਾ ਵੀ ਪੈਣਾ ਚਾਹੀਦਾ, ਪਰ ਉਹ ਕਿਵੇਂ ਪਊਗਾ ਉਹਦੇ ਲਈ ਮਿਹਨਤ ਕਰਨੀ ਪਊਗੀ ਕਾਂਗਰਸ ਨੂੰ ਵੀ ਤੇ ਜਿਹੜੀਆਂ ਦੂਜੀਆਂ ਵਿਰੋਧੀ ਪਾਰਟੀਆਂ ਹੈਗੀਆਂ ਉਹ ਵੀ। ਜੀ ਪਹਿਲਾਂ ਤਾਂ ਸਬਕ ਇਹੀ ਆ ਕਿ ਕਰਨਾਟਕ 'ਚੋਂ ਤੁਹਾਨੂੰ ਸਿੱਖਿਆ ਕੀ ਮਿਲਦੀ ਆ ਵੀ ਤੁਸੀਂ ਆਪਣੀ ਲੋਕਲ ਲੀਡਰਸ਼ਿਪ ਨੂੰ ਤਕੜੇ ਕਰੋ। ਦੂਜੀ ਚੀਜ਼ ਇਹ ਹੈਗੀ ਆ ਕਿ ਅਜੇ ਤੱਕ ਕਾਂਗਰਸ ਪਾਰਟੀ ਨੇ ਕਦੇ ਵੀ ਜ਼ਮੀਨੀ ਸੰਘਰਸ਼ਾਂ ਨਾਲ ਆਪਣੀ ਉਸ ਤਰ੍ਹਾਂ ਸਾਂਝ ਨਹੀਂ ਪਾਈ ਜਿਵੇਂ ਭਾਰਤ ਜੋੜੋ ਯਾਤਰਾ ਸੀ, ਇੱਕ ਚੰਗਾ ਟ੍ਰੈਂਡ ਸੀਗਾ, ਇਹਨੂੰ ਹੋਰ ਅੱਗੇ ਵਧਾਇਆ ਜਾਵੇ, ਇਹ ਹੋਰ ਕਿਸੇ ਰੂਪ ਦੇ ਵਿੱਚ ਵਧਾਇਆ ਜਾਵੇ ਕਿਉਂਕਿ ਇਹਨਾਂ ਤੁਸੀਂ ਲੋਕਾਂ ਨੂੰ ਜੁੜਦੇ ਵੀ ਜੋ ਤੁਹਾਡੇ ਕਾਡਰ ਆ ਜਿਹੜਾ ਉਹਦੇ ਵਿੱਚ ਹਿੰਮਤ ਵੀ ਆਉਂਦੀ ਹੈ। ਇਹਦੇ ਨਾਲ ਦੀ ਨਾਲ ਹੀ ਜੋ ਜਿੱਤ ਤੋਂ ਬਾਅਦ ਰਾਹੁਲ ਗਾਂਧੀ ਦਾ ਭਾਸ਼ਣ ਸੀਗਾ ਉਹ ਕਾਫੀ ਕਾਰਗਰ ਰਿਹਾ, ਉਹ ਮੈਨੂੰ ਪਹਿਲਾਂ ਨਾਲੋਂ ਸਿਆਣਾ ਲੱਗਿਆ ਉਸ ਭਾਸ਼ਣ ਦੇ ਵਿੱਚ। ਪਰ ਜਿਹੜੀ ਵੱਡੀ ਦਿੱਕਤ ਇਹ ਹੈਗੀ ਹੈ ਕਿ ਚੋਣਾਂ ਦੇ ਟਾਈਮ ਆ ਕੇ ਨਾ ਕਾਂਗਰਸੀ ਹਿੰਦੂ ਧਰਮ ਦਾ ਮੁਕਾਬਲਾ ਹਿੰਦੂ ਧਰਮ ਨਾਲ ਹੀ ਕਰਨ ਲੱਗ ਜਾਂਦੇ ਨੇ, ਸਾਫਟ ਹਿੰਦੂ ਧਰਮ ਨਾਲ ਕਰਨ ਲੱਗ ਜਾਂਦੇ ਨੇ, ਜਿਵੇਂ ਉਧਰੋਂ ਮੋਦੀ ਕੋਈ ਨਾ ਕੋਈ ਪਖੰਡ ਕਰਦਾ ਹੈ ਜਾ ਕੇ ਮੰਦਰਾਂ ਦੇ ਵਿੱਚ ਘੰਟੀਆਂ ਵਜਾਉਣ ਲੱਗ ਜਾਂਦੇ ਨੇ। ਹਿੰਦੂ ਧਰਮ ਦਾ ਮੁਕਾਬਲਾ ਮੰਦਰਾਂ ਦੇ ਵਿੱਚ ਘੰਟੀਆਂ ਵਜਾ ਕੇ ਨਹੀਂ ਹੋਏਗਾ, ਹਿੰਦੂ ਧਰਮ ਦਾ ਮੁਕਾਬਲਾ ਜੇ ਤੁਸੀਂ ਕਰਨਾ ਤਾਂ ਉਹ ਹੋਏਗਾ ਲੋਕਾਂ ਦੇ ਲੋਕਲ ਇਸ਼ੂ ਚੁੱਕ ਕੇ ਤੇ ਉਹ ਤਾਕਤਾਂ ਦੀ ਸ਼ਨਾਖਤ ਕਰਕੇ ਜਿਹੜੀਆਂ ਤਾਕਤਾਂ ਹਿੰਦੂ ਧਰਮ ਦੇ ਸਾਂਚੇ 'ਚ ਫਿੱਟ ਨਹੀਂ ਆ ਰਹੀਆਂ ਜਾਂ ਜਿਹਨਾਂ ਨੂੰ ਮੋਦੀ ਦਾ ਹਿੰਦੂ ਧਰਮ ਕਬੂਲ ਨਹੀਂ ਹੈਗਾ, ਮਸਲਨ ਕਸ਼ਮੀਰ ਹੈ, ਪੰਜਾਬ ਹੈ, ਨੌਰਥ ਈਸਟ ਦੇ ਕੁਝ ਸੂਬੇ ਨੇ, ਦੱਖਣ ਭਾਰਤ ਹੈ, ਇਹਨਾਂ ਨੂੰ ਇਹ ਇਲਾਕਿਆਂ ਨੂੰ ਮੋਦੀ ਦਾ ਹਿੰਦੂ ਧਰਮ ਦੇ ਘੇਰੇ 'ਚ ਨਹੀਂ ਆਉਂਦੇ ਹੈਗੇ। ਫਿਰ ਕੁਝ ਭਾਈਚਾਰੇ ਨੇ ਜਿਹਦੇ ਵਿੱਚ ਸਿੱਖ ਭਾਈਚਾਰਾ ਹੋ ਗਿਆ, ਮੁਸਲਿਮ ਭਾਈਚਾਰਾ ਹੋ ਗਿਆ, ਕ੍ਰਿਸਚਨ ਭਾਈਚਾਰਾ ਹੋ ਗਿਆ, ਦਲਿਤ ਹੋ ਗਿਆ, ਆਦਿਵਾਸੀ ਹੋ ਗਏ, ਇਹ ਵੀ ਨਰਿੰਦਰ ਮੋਦੀ ਭਾਜਪਾ ਦੇ ਆਰ ਐਸ ਐਸ ਦੇ ਹਿੰਦੂ ਧਰਮ ਦੇ ਏਜੰਡੇ ਵਿੱਚ ਨਹੀਂ ਆਉਂਦੇ ਹੈਗੇ। ਕੀ ਕਾਂਗਰਸ ਪਾਰਟੀ ਦੀ ਕਦੇ ਇਹਨਾਂ ਭਾਈਚਾਰਿਆਂ ਨਾਲ ਕਦੇ ਕੋਈ ਸਾਂਝ ਸੰਵਾਦ ਰਿਹਾ? ਹੁੰਦਾ ਇਹ ਹੈਗਾ ਕਿ 84 ਦੇ ਕਤਲਿਆਂ ਪੀੜਤਾਂ ਨੂੰ ਤੁਸੀਂ ਫੇਰ ਟਿਕਟ ਦੇ ਦਿੰਦੇ ਹੋ, ਕਸ਼ਮੀਰ ਦੇ ਜਿਹੜੇ ਸੰਕਟ ਬਾਰੇ ਭਾਵੇਂ ਕਿ 370 ਬਾਰੇ ਤੁਸੀਂ ਬੋਲੇ ਹੋ, ਪਰ ਕਸ਼ਮੀਰ ਦੇ ਹੋਰ ਵੱਡੇ ਮਸਲਿਆਂ ਬਾਰੇ ਤੁਸੀਂ ਜਿਹੜੇ ਚੁੱਪ ਰਹੇ ਹੋ, ਤੁਹਾਡੀ ਭੂਮਿਕਾ ਇੰਨੀ ਵਧੀਆ ਨਹੀਂ ਰਹੀ। ਆਦਿਵਾਸੀਆਂ ਵਾਲੇ ਮਾਮਲੇ 'ਤੇ ਓਪਰੇਸ਼ਨ ਗ੍ਰੀਨ ਹੰਟ ਹੈ ਉਹ ਮਨਮੋਹਨ ਸਿੰਘ ਦੇ ਸਮੇਂ ਹੋਇਆ, ਤੇ ਨੌਰਥ ਈਸਟ ਵਾਲੀ ਸਮੱਸਿਆ ਜਿਹੜੀ ਹੈ ਤੁਹਾਡੇ ਸਮੇਂ ਵੀ ਉਸੇ ਤਰ੍ਹਾਂ ਰਹੀ ਹੈ ਜਿਵੇਂ ਹੁਣ ਹੈਗੀ ਆ। ਸੋ ਮਸਲਾ ਇਹ ਹੈਗਾ ਕਿ ਜਿੰਨਾ ਚਿਕਰ ਜਿਹੜੇ ਹਿੰਦੂ ਧਰਮ ਤੋਂ ਅਸੰਤੁਸ਼ਟ ਧਿਰਾਂ ਨੇ ਉਹਨਾਂ ਨਾਲ ਤੁਹਾਡਾ ਰਿਸ਼ਤਾ ਵਧੀਆ ਨਹੀਂ ਹੋਏਗਾ, ਉਹਨਾਂ ਨੂੰ ਤੁਸੀਂ ਆਪਣੇ ਕਲਾਵੇ 'ਚ ਨਹੀਂ ਲਾਓਗੇ, ਉਹਨਾਂ ਚਿਕਰ ਤੁਸੀਂ ਮੋਦੀ ਦੇ ਹਿੰਦੂ ਧਰਮ ਦਾ ਮੁਕਾਬਲਾ ਨਹੀਂ ਕਰ ਸਕਦੇ। ਪਰ ਬੀਜੇਪੀ ਜਿਹੜੀ ਕਰਨਾਟਕਾ ਦੇ ਪੱਖ ਤੋਂ ਮਾਯੂਸ ਆ ਨਤੀਜਿਆਂ ਤੋਂ ਬਾਅਦ, ਪਰ ਜਦੋਂ ਗੱਲ ਕਰਦੇ ਹਾਂ ਜਲੰਧਰ ਜ਼ਿਮਨੀ ਚੋਣ ਦੀ, ਭਾਵੇਂ ਹਾਰ ਗਈ ਹੈ ਬੀਜੇਪੀ, ਪਰ ਕਿਤੇ ਨਾ ਕਿਤੇ ਉਹ ਖੁਸ਼ ਕਿਉਂ ਆ ਜੀ? ਕੀ ਨਤੀਜੇ ਬੀਜੇਪੀ ਨੂੰ ਕੀ ਆਸ ਲੱਗ ਰਹੀ ਹੈ ਪੰਜਾਬ ਦੇ ਵਿੱਚ, ਕਿਸ ਤਰੀਕੇ ਦਾ ਆਧਾਰ ਜਿਹੜਾ ਹੈ ਭਵਿੱਖ ਦੇ ਵਿੱਚ ਰਹੇਗਾ? ਪੰਜਾਬ ਦੇ ਵਿੱਚ ਬੀਜੇਪੀ ਲੰਮੀ ਗੇਮ ਖੇਡਣਾ ਚਾਹੁੰਦੀ ਹੈ, ਉਹਨੂੰ ਲੱਗਦਾ ਵੀ ਠੀਕ ਆ ਜੇ 2-3 ਵਾਰ ਹਾਰ ਗਈ ਕੋਈ ਗੱਲ ਨਹੀਂ, ਵੀ ਆਪਾਂ ਇਹਨੂੰ ਜ਼ਮੀਨੀ ਪੱਧਰ 'ਤੇ ਆਪਾਂ ਆਧਾਰ ਬਣਾਉਣਾ ਜੀ, ਇਹਦੇ ਲਈ ਇਹ ਰਿਸਕ ਲੈਣੇ ਪੈਂਦੇ ਆ। ਉਹ ਮੰਨ ਕੇ ਚੱਲਦੇ ਵੀ ਜੇ 15-20 ਸਾਲ ਵੀ ਲੱਗ ਜਾਣ ਸਾਨੂੰ ਪੰਜਾਬ 'ਚ ਪੈਰ ਲਾਉਣ ਨੂੰ, ਕੋਈ ਗੱਲ ਨਹੀਂ, ਅਸੀਂ ਆਪਣੇ ਪੈਰ ਜਿਹੜੇ ਪੰਜਾਬ ਦੇ ਵਿੱਚ ਲਾਉਣੇ ਨੇ, ਹਰ ਹਾਲਤ 'ਤੇ ਹਰ ਕੀਮਤ ਦੇ ਉੱਤੇ ਲਾਉਣੇ ਨੇ। ਸੋ ਇਹ ਉਹਨਾਂ ਦੀ ਜਿਹੜੀ ਸੋਚ ਹੈ ਇਸ ਸੋਚ ਦੇ ਤਹਿਤ ਕੰਮ ਕਰਦੇ ਨੇ, ਭਾਵੇਂ ਕਿ ਜਲੰਧਰ ਦੇ ਵਿੱਚ ਇਹਨਾਂ ਦੀ ਜ਼ਮਾਨਤ ਜ਼ਬਤ ਹੋਈ ਹੈ। ਇਹਨਾਂ ਵੈਸੇ ਮੇਰਾ ਆਪਣਾ ਮੰਨਣਾ ਹੈਗਾ ਵੀ ਜਲੰਧਰ ਰਾਹੀਂ ਇਹ ਕੋਈ ਬਹੁਤੀ ਖੁਸ਼ੀ ਨਹੀਂ ਲੈ ਸਕਦੇ, ਕਿਉਂਕਿ ਉਹਦਾ ਕਾਰਨ ਮੈਂ ਦੱਸ ਦਿੰਦਾ ਕੀ ਆ। ਦੋ ਇਲਾਕਿਆਂ ਵਿੱਚੋਂ ਇਹ ਜਿੱਤੇ ਨੇ, ਮਤਲਬ ਦੋ ਵਿਧਾਨ ਸਭਾ ਹਲਕਿਆਂ ਦੇ ਵਿੱਚੋਂ ਜਲੰਧਰ ਦੇ ਵਿੱਚ, ਪਹਿਲਾਂ ਵੀ ਬੀਜੇਪੀ 3 ਦੇ ਵਿੱਚੋਂ ਜਿੱਤਦੀ ਰਹੀ ਹੈ ਅਕਾਲੀ ਦਲ ਦੀ ਸਪੋਰਟ ਨਾਲ, ਤੇ ਐਤਕੀ ਮੁਕਾਬਲਾ ਵੀ 4-4 ਸੀਗਾ। ਜਦੋਂ 4-4 ਮੁਕਾਬਲਾ ਹੁੰਦਾ ਨਾ ਉਦੋਂ ਤੁਹਾਨੂੰ ਇੰਨੀ ਵੋਟ ਆਈ ਜਾਂਦੀ ਹੈ ਉਦਾਹਰਣ ਦੇ ਤੌਰ ਦੇ ਉੱਤੇ, ਇੱਕ ਹਲਕੇ ਵਿੱਚੋਂ ਇਹਨਾਂ ਨੂੰ ਜਿਹੜੇ ਦੋ ਹਲਕਿਆਂ ਦੇ ਵਿੱਚੋਂ ਸਭ ਤੋਂ ਅੱਗੇ ਰਹੇ ਨੇ ਵਿਧਾਨ ਸਭਾ ਦੇ ਵਿੱਚੋਂ, ਇੱਕ ਵਿੱਚੋਂ ਇਹਨਾਂ ਦੀ ਵੋਟ 32,000 ਕੁਛ ਹੈਗੀ ਹੈ, ਨਥਿੰਗ ਕੁਛ ਨਹੀਂ, 32,000 ਕੁਛ ਨਹੀਂ ਹੁੰਦਾ। ਜਦੋਂ 4-4 ਮੁਕਾਬਲਾ ਵੋਟ ਵੰਡੀ ਗਈ ਇਹਦਾ ਮਤਲਬ ਹੋ ਗਈ, ਕਿਉਂਕਿ ਜਦੋਂ 1.5 ਲੱਖ ਆਬਾਦੀ ਹੋਵੇ ਇੱਕ ਵਿਧਾਨ ਸਭਾ ਹਲਕੇ ਦੀ, ਉਦੋਂ ਤੁਹਾਨੂੰ 32,000 ਵੋਟ ਆ ਜਾਏ ਤੇ ਉਹ ਕੋਈ ਜ਼ਿਆਦਾ ਮਾਇਨੇ ਨਹੀਂ ਹੁੰਦੇ। ਇੱਕ ਦੇ ਵਿੱਚ ਉਹਨਾਂ ਨੂੰ 27,000 ਕੁਛ ਵੋਟ ਆਈ ਹੋਈ ਹੈ ਤੇ ਉਹ ਵੀ 4-4 ਮੁਕਾਬਲੇ ਦੇ ਵਿੱਚੋਂ ਹੀ ਆਈ ਆ। ਪਰ ਅੱਗੇ ਲਈ ਦਿੱਕਤ ਇਹ ਹੈਗੀ ਆ, ਜਿਹੜੇ ਚਾਹੁੰਦੇ ਨੇ ਪੰਜਾਬ ਦੇ ਜਿਹੜੀਆਂ ਸਾਂਝੀਵਾਲਤਾ ਦੀਆਂ ਕਦਰਾਂ ਕੀਮਤਾਂ ਨੇ ਉਹਦੇ ਮਦਈ ਨੇ, ਜਾਂ ਜੋ ਲੋਕ ਚਾਹੁੰਦੇ ਨੇ ਕਿ ਬੀਜੇਪੀ ਵਰਗਾ ਮਾਹੌਲ ਪੰਜਾਬ 'ਚ ਨਾ ਹੋਵੇ, ਵੀ ਬੀਜੇਪੀ ਕਿਤੇ ਮੈਨੇਜਮੈਂਟ ਕਰਨ 'ਚ ਬਹੁਤ ਮਾਹਰ ਹੈ। ਕਿਤੇ ਇਹ ਨਾ ਹੋਵੇ ਵੀ
ਇਹ ਮੰਨ ਕੇ ਚੱਲੇ ਵੀ ਮੁਕਾਬਲਾ ਚੌਕੋਣਾ ਹੋਇਆ ਕਰੇ ਪੰਜਾਬ ਦੇ ਵਿੱਚ, ਤੇ ਅਸੀਂ ਜਿਹੜਾ ਆਪਣਾ 30-35,000 ਫੁੱਟ ਪੱਕਾ ਕਰਕੇ ਰੱਖ ਲਿਆ ਕਰੀਏ, ਚੌਕੋਣੇ ਮੁਕਾਬਲੇ ਵਿੱਚ ਫਿਰ ਅਸੀਂ ਮੈਨੇਜਮੈਂਟ ਕਰਕੇ 35,000 ਵੋਟ ਲੈ ਕੇ ਸਾਰੇ ਕਿਤੇ ਏਦਾਂ ਕਰਕੇ ਰਾਜ ਹੋਰ ਬਹੁਤ ਸਾਰੇ ਸੂਬੇ ਜਿੱਤ ਲਈਏ ਵਿਧਾਨ ਸਭਾ ਦੇ। ਇੱਕ ਤਾਂ ਇਹ ਚੁਣੌਤੀ ਜਿਹੜੀ ਹੈਗੀ ਆ ਇਹਦੇ ਨਾਲ ਦੇਖਣਾ ਪਏਗਾ। ਦੂਜੀ ਚੀਜ਼ ਇਹ ਹੈਗੀ ਹੈ ਜਿਹੜੀ ਸਭ ਤੋਂ ਵੱਡਾ ਹੈ, ਜੋ ਮੈਂ ਵਾਰ ਵਾਰ ਹਰ ਮੰਚ ਉੱਤੇ ਕਹਿਣਾ ਹੈਗਾ ਕਿ ਬੀਜੇਪੀ ਦੀ ਕੋਸ਼ਿਸ਼ ਹੈ ਕਿ ਬਹੁਤ ਸਾਰੇ ਸਿੱਖ ਚਿਹਰੇ ਖਿੱਚੇ ਜਾਣ। ਉਹ ਖਿੱਚ ਵੀ ਰਹੇ ਆ ਪੁਰਾਣੀਆਂ ਪਾਰਟੀਆਂ ਦੇ ਵਿੱਚੋਂ, ਕਿਉਂਕਿ ਉਹਨਾਂ ਨੂੰ ਆਪ ਕਮਜ਼ੋਰ ਨੇ, ਆਪ ਉਹ ਇਮਾਨਦਾਰ ਨੇ, ਉਹ ਜਾ ਰਹੇ ਨੇ ਬੀਜੇਪੀ ਦੇ ਵਿੱਚ। ਉਹਨਾਂ ਨੂੰ ਆਪਣੇ ਕਈ ਸਾਰੇ ਪੁਰਾਣੇ ਕੀਤੇ ਹੋਏ ਕੁਕਰਮਾਂ ਦਾ ਡਰ ਵੀ ਸਤਾ ਰਿਹਾ। ਦੂਜਾ ਚੀਜ਼ ਉਹ ਚਾਹੁੰਦੀ ਹੈ ਕਿ ਸਿੱਖਾਂ ਦੇ ਵਿੱਚ ਕੋਈ ਇਹੋ ਜਿਹੀ ਧਿਰ ਪੈਦਾ ਕੀਤੀ ਜਾਵੇ ਜਿਹੜੀ ਦੇਖਣ ਨੂੰ ਅਗਰੈਸਿਵ ਲੱਗੇ, ਦੇਖਣ ਨੂੰ ਐਂ ਲੱਗੇ ਵੀ ਬੜੀ ਉਹ ਪੰਥਕ ਹੈ, ਪਰ ਉਹ ਸਿੱਖਾਂ ਦੀਆਂ ਜਿਹੜੀਆਂ ਵੈਲਿਊ ਸਿਸਟਮ ਹੈਗੀਆਂ ਨੇ, ਪ੍ਰੋਗਰੈਸਿਵ ਵੈਲਿਊ ਸਿਸਟਮ ਹੈ, ਸਰਬੱਤ ਦੇ ਭਲੇ ਵਾਲੀ, ਆਮ ਬਾਈ ਕੀ ਭਾਈਚਾਰਨ ਦੇ ਲਈ ਖੜਨ ਵਾਲੀ ਇੱਕ ਰੈਸ਼ਨਲ ਥਿੰਕਿੰਗ ਆ, ਉਹਨੂੰ ਖਤਮ ਕੀਤਾ ਜਾਵੇ ਉਸ ਧਿਰ ਦੇ ਰਾਹੀਂ। ਉਹ ਸਾਨੂੰ ਦਿਖ ਰਹੀ ਹੈ, ਕਦੇ ਉਹ ਅੰਮ੍ਰਿਤਪਾਲ ਰਾਹੀਂ ਦਿਖ ਰਹੀ ਆ, ਕਦੇ ਉਹ ਦੀਪ ਸਿੱਧੂ ਰਾਹੀਂ ਦਿਖ ਰਹੀ ਹੈ, ਕਦੇ ਕਿਸੇ ਹੋਰ ਰਾਹੀਂ ਦਿਖ ਰਹੀ ਹੈ। ਤੇ ਹੁਣ ਤਾਂ ਇੱਥੋਂ ਤੱਕ ਕਹਾਣੀ ਪਹੁੰਚ ਗਈ ਕਿ ਕਈ ਵਾਰ ਅਕਾਲ ਤਖ਼ਤ ਦਾ ਜਥੇਦਾਰ ਵੀ ਇਸ ਤਰ੍ਹਾਂ ਦੇ ਬਿਆਨ ਦੇਣ ਲੱਗ ਜਾਂਦਾ ਵੀ ਪੰਜਾਬ ਦੇ ਵਿੱਚ ਮੁਸਲਮਾਨ ਤੇ ਕ੍ਰਿਸਚਨ ਆਉਣ ਕਰਕੇ ਮਾਹੌਲ ਖਰਾਬ ਹੋ ਗਿਆ ਜੀ। ਸੋ ਇਹ ਚੀਜ਼ਾਂ ਨੇ ਜਿਹੜੀਆਂ ਖਤਰਨਾਕ ਨੇ, ਇਹ ਸਿੱਖ ਭਾਈਚਾਰੇ ਨੂੰ ਖੁਦ ਸੋਚਣੀਆਂ ਪੈਣਗੀਆਂ ਵੀ ਉਹ ਕਿ ਬੀਜੇਪੀ ਪਹਿਲਾਂ ਵੀ ਜਿਹੜਾ ਹੈਗਾ ਇਹ ਦੋਸ਼ ਲੱਗਦੇ ਰਹੇ ਨੇ ਵੀ ਆਰ ਐਸ ਐਸ ਸਿੱਖਾਂ 'ਚ ਘੁਸਪੈਟ ਕਰਦੀ ਰਹੀ ਆ, ਜਾਂ ਸ਼੍ਰੋਮਣੀ ਕਮੇਟੀ ਤੱਕ ਵੀ ਉਹਦਾ ਦਬਦਬਾ ਹੋ ਗਿਆ, ਪਰ ਹੁਣ ਜਿਹੜੀ ਇਹੋ ਜਿਹੀ ਪੰਥ ਇੱਕ ਇਹੋ ਜਿਹੀ ਧੇਰੀ ਸਿੱਖਾਂ ਵਿੱਚ ਸਿਰਜਣ ਲੱਗੀ ਹੋਈ ਹੈ ਨਾ ਜਿਹੜੀ, ਉਹ ਅੱਗੇ ਜਾ ਕੇ ਜਿਹੜਾ ਹੈਗਾ ਕਿਤੇ ਨਾ ਕਿਤੇ ਬੀਜੇਪੀ ਦੇ ਪੱਖ 'ਚ ਭੁਗਤੂਗੀ ਇਨਡਾਇਰੈਕਟ ਤੇ ਡਾਇਰੈਕਟ ਜਾਂ ਇਨਡਾਇਰੈਕਟ, ਤੇ ਸਿੱਖ ਭਾਈਚਾਰੇ ਦੀਆਂ ਜਿਹੜੀਆਂ ਓਲਡ ਵੈਲਿਊਜ਼ ਨੇ ਉਹਨਾਂ ਦੇ ਲਈ ਉਹ ਖਤਰਨਾਕ ਸਾਬਤ ਹੋ ਸਕਦੀ ਹੈਗੀ, ਓਲਡ ਤੇ ਪ੍ਰੋਗਰੈਸਿਵ ਵੈਲਿਊਜ਼ ਨੇ ਜਿਹੜੀਆਂ ਜੀ। ਸ਼ਿਵਿੰਦਰ ਜੀ, ਸੁਖਬੀਰ ਬਾਦਲ ਨੂੰ ਦੇਖਦੇ ਹਾਂ ਤਾਂ ਲੋਕਾਂ ਦਾ ਫਤਵਾ ਬੜੇ ਸਹਿਜ ਮਤੇ ਨਾਲ ਉਹਨਾਂ ਨੇ ਸਿਰ ਮੱਥੇ ਲਿਆ, ਪਰ ਕੁਝ ਬੀਜੇਪੀ ਅਤੇ ਅਕਾਲੀ ਦਲ ਦੇ ਜਿਹੜੇ ਲੀਡਰ ਆ ਨੇਤਾ ਨੇ ਉਹ ਇਹ ਚਾਹੁੰਦੇ ਆ ਕਿ ਜੇਕਰ ਦੋਵੇਂ ਅਕਾਲੀ ਦਲ ਅਤੇ ਬੀਜੇਪੀ ਦੀ ਵੋਟ ਪਰਸੈਂਟ ਦੇਖੀਏ ਇਕੱਠੇ ਹੋ ਜਾਣ ਤਾਂ ਇਹ ਜਿੱਤ ਸਕਦਾ। ਭਵਿੱਖ ਦੇ ਵਿੱਚ ਤੁਹਾਨੂੰ ਲੱਗਦਾ ਕਿ ਪਾਰਟੀਆਂ ਦੋਵੇਂ ਨੇੜੇ ਆ ਸਕਦੀਆਂ, ਜਾਂ ਭਵਿੱਖ ਦੇ ਵਿੱਚ ਅਕਾਲੀ ਦਲ ਦਾ ਕੀ ਵਜੂਦ ਰਹੂਗਾ ਅਤੇ ਬੀਜੇਪੀ ਅਕਾਲੀ ਦਲ ਹੋਣ ਦੀ ਇਕੱਠੇ ਸੰਭਾਵਨਾ ਲੱਗ ਰਹੀ ਹੈ ਤੁਹਾਨੂੰ ਕਿ ਨਹੀਂ? ਮੈਨੂੰ ਲੱਗਦਾ ਜੇ ਇਕੱਠੇ ਹੁੰਦੇ ਨੇ ਤਾਂ ਉਹਦੇ ਵਿੱਚ ਅਕਾਲੀ ਦਲ ਨੂੰ ਫਾਇਦਾ ਨਹੀਂ ਹੋਏਗਾ ਜੀ, ਕਿਉਂਕਿ ਹੁਣ ਬੀਜੇਪੀ ਪਹਿਲਾਂ ਤੁਹਾਨੂੰ ਵਿਧਾਨ ਸਭਾ ਦੀ 23 ਸੀਟਾਂ ਮੰਗ ਕੇ ਨਹੀਂ ਅੱਗੇ ਆਊਗੀ, ਉਹ ਕਹੂਗੀ ਵੀ ਮੈਨੂੰ ਬਰਾਬਰ 50 ਸੀਟਾਂ ਤੇ 48 ਸੀਟਾਂ ਜਾਂ ਜਿੰਨੀਆਂ ਵੀ ਸੀਟਾਂ ਇਹ ਦੰਪ ਦੋ, ਮਤਲਬ 50% ਹਿੱਸਾ ਦੋ ਮੈਨੂੰ, ਤੇ 50% ਹਿੱਸਾ ਹੋ ਸਕਦਾ ਉਹ ਵੱਧ ਵੀ ਮੰਗੇ ਜੀ। ਇਹਦੇ ਵਿੱਚ ਅਕਾਲੀ ਦਲ ਦੀ ਭੂਮਿਕਾ ਜਿਹੜੀ ਹੈਗੀ ਆ ਥੱਲੇ ਲੱਗਣ ਵਾਲੀ ਹੋ ਸਕਦੀ ਹੈ ਇੱਕ ਤਾਂ, ਦੂਜੀ ਚੀਜ਼ ਇਹ ਹੈਗੀ ਆ ਕਿ ਅਕਾਲੀ ਦਲ ਦਾ ਜਿਹੜਾ ਆਪਣਾ ਵਜੂਦ ਹੈ ਉਹ ਇਹਨਾਂ ਚੋਣਾਂ 'ਚ ਦੇਖਿਆ ਕਿ ਪਿੰਡਾਂ ਦੇ ਵਿੱਚ ਅਕਾਲੀ ਦਲ ਨੂੰ ਬਸਪਾ ਦੀ ਬਹੁਤ ਸਪੋਰਟ ਰਹੀ ਆ, ਬੂਥਾਂ ਦੇ ਉੱਤੇ ਵੀ ਬਸਪਾ ਵਾਲੇ ਰਹੇ ਨੇ ਜੀ, ਤਾਂ ਇਹਦੇ ਵਿੱਚੋਂ ਕਾਫੀ ਵੋਟ ਜਿਹੜੀ ਹੈਗੀ ਹੈ ਜੇ 1,58,000 ਤੋਂ ਉੱਪਰ ਇਹਨਾਂ ਨੇ ਵੋਟ ਲਈ ਆ, ਤੇ ਇਹਦੇ ਵਿੱਚੋਂ ਕਾਫੀ ਵੋਟ ਬਸਪਾ ਦੀ ਸੀਗੀ, ਫਿਰ ਸਵਾਲ ਆ ਗਿਆ ਕਿ ਅਕਾਲੀ ਦਲ ਦੀ ਵੋਟ ਕਿੱਥੇ ਗਈ ਭਾਈ ਜੀ, ਅਕਾਲੀ ਦਲ ਦੀ ਵੋਟ ਨੂੰ ਤਾਂ ਖੋਰਾ ਲੱਗ ਗਿਆ ਨਾ ਜੀ। ਇਸ ਕਰਕੇ ਅਕਾਲੀ ਦਲ ਨੂੰ ਜੇ ਹੁਣ ਦੁਬਾਰੇ ਉਹਨੇ ਆਪਣੇ ਆਪ ਨੂੰ ਰਿਵਾਈਵ ਕਰਨਾ ਤਾਂ ਫਿਰ ਉਹਨੂੰ ਦੁਬਾਰਾ ਜਿਹੜਾ ਆਪਣੇ ਉਹਨਾਂ ਮੁੱਦਿਆਂ ਵੱਲ ਮੁੜਨਾ ਪਏਗਾ ਜਿਹੜੇ ਕਦੇ ਉਹਦੇ ਲਈ ਪ੍ਰੋਗਰੈਸਿਵ ਮੁੱਦੇ ਰਹੇ ਨੇ, ਜਿਹਨਾਂ ਦੇ ਉੱਤੇ ਉਹ ਫਾਈਟ ਕਰਦਾ ਰਿਹਾ, ਉਦਾਹਰਣ ਦੇ ਤੌਰ ਤੇ ਰਾਜਾਂ ਦੇ ਵੱਧ ਅਧਿਕਾਰਾਂ ਦੇ ਲਈ ਜੀ, ਉਦਾਹਰਣ ਦੇ ਤੌਰ ਦੇ ਉੱਤੇ ਜੋ ਮਾਈਨੋਰਿਟੀ ਦੇ ਹੱਕ 'ਚ ਖੜਨ ਵਾਲੇ ਮੁੱਦੇ, ਜਮਹੂਰੀ ਅਧਿਕਾਰਾਂ ਦੇ ਮੁੱਦੇ ਜਿਹਦੇ ਤੋਂ ਅਕਾਲੀ ਦਲ ਫਿਸਲਿਆ, ਕਦੇ ਕਦੇ ਅਕਾਲੀ ਦਲ ਇਹਦੇ 'ਤੇ ਫਾਈਟ ਕਰਦਾ ਰਿਹਾ, ਇੱਕ ਟਾਈਮ ਹੁੰਦਾ ਸੀ, ਉਹਦੇ ਬਾਅਦ ਵਿੱਚ ਅਕਾਲੀ ਦਲ ਨੇ ਸਾਰੇ ਮੁੱਦੇ ਜਿਹੜੇ ਵਿਸਾਰ ਦਿੱਤੇ, ਚਾਹੇ ਕਸ਼ਮੀਰ 370 ਖਤਮ ਕਰ ਦਿੱਤੀ ਜਾਵੇ ਤਾਂ ਵੀ ਅਕਾਲੀ ਦਲ ਚੁੱਪ ਰਹਿੰਦਾ, ਸੀਏ ਦਾ ਕਾਨੂੰਨ ਲਿਆਉਣ ਦੀ ਕੋਸ਼ਿਸ਼ ਹੋਵੇ ਤਾਂ ਵੀ ਚੁੱਪ ਰਹਿੰਦਾ, ਮੁਸਲਮਾਨਾਂ ਉੱਤੇ ਹਮਲੇ ਹੁੰਦੇ ਰਹਿਣ ਤਾਂ ਵੀ ਅਕਾਲੀ ਦਲ ਚੁੱਪ ਰਹਿੰਦਾ। ਸੋ ਇਹ ਚੀਜ਼ਾਂ ਜਿਹੜੀਆਂ ਹੁਣ ਚੁੱਪ ਕਰਕੇ ਨਹੀਂ ਹੋਣੀਆਂ, ਇਹਦੇ ਤੋਂ ਤੁਹਾਨੂੰ ਬੋਲਣਾ ਪਏਗਾ। ਤੇ ਬਾਕੀ ਵੱਡੀ ਚੀਜ਼ ਇਹ ਹੈਗੀ ਆ ਕਿ ਪੰਜਾਬ ਦਾ ਮੁੱਦਾ, ਪਾਣੀਆਂ ਦਾ ਮੁੱਦਾ, ਜਿਹੜੇ ਭਾਸ਼ਾ ਦਾ ਮੁੱਦਾ ਪੰਜਾਬ ਦਾ, ਕਿਉਂਕਿ ਭਾਸ਼ਾ ਐਕਟ 2008 'ਚ ਇਹਨਾਂ ਨੇ ਬਣਾ ਲਿਆ, ਉਸ ਤੋਂ ਬਾਅਦ ਵਿੱਚ ਭਾਸ਼ਾ ਐਕਟ ਉੱਤੇ ਇਹਨਾਂ ਨੇ ਕੱਖ ਨਹੀਂ ਕੀਤਾ ਹੈਗਾ, ਸਗੋਂ ਹੋਰ ਜੇ ਬਾਬਾ ਉਹਨਾਂ ਦੇ ਆਪਣੇ ਘਰ ਦੀ ਗੱਲ ਕਰੀਏ, ਇਹਨਾਂ ਦੀ ਸੁਖਬੀਰ ਬਾਦਲ ਦੀ ਪਤਨੀ ਤੋਂ ਲੈ ਕੇ ਬੱਚਿਆਂ ਤੱਕ ਨੂੰ ਚੱਜ ਨਾਲ ਪੰਜਾਬੀ ਨਹੀਂ ਬੋਲਣੀ ਆਉਂਦੀ ਹੈਗੀ। ਤੇ ਇਹ ਜਿਹੜੀ ਕਹਾਣੀ ਹੈਗੀ ਆ ਵੀ ਤੁਹਾਨੂੰ ਉਹਨਾਂ ਮੁੱਦਿਆਂ ਦੇ ਉੱਤੇ ਫਾਈਟ ਕਰਨੀ ਪਊ ਜਿਹੜਾ ਇਹਨਾਂ ਨੇ, ਸੁਖਬੀਰ ਸਿੰਘ ਬਾਦਲ ਨੇ ਇੱਕ ਜਿਹੜਾ ਬਾਅਦ ਵਿੱਚ ਜਿਹੜਾ ਮਾਡਲ ਦਿੱਤਾ ਪੰਜਾਬ ਦਾ, ਵੀ ਕੈਪਟਨ ਅਮਰਿੰਦਰ ਸਿੰਘ ਜਿਹੜਾ 2002 'ਚ ਲੈ ਕੇ ਆਇਆ ਸੀ ਨਾ ਸਨਅਤੀਕਰਨ ਵਾਲਾ ਮਾਡਲ, ਵੀ ਉਹਦੇ ਵਿੱਚ ਉਦਾਰੀਕਰਨ ਅੰਨਾ ਹੋਵੇ, ਇਹਦੇ ਸਾਰੇ ਵੱਲ
ਇਹ ਸਾਰੇ ਤੋਂ ਮੋੜਾ ਕੱਟ ਕੇ ਤੁਹਾਨੂੰ ਦੁਬਾਰਾ ਜਿਹੜਾ ਹੈਗਾ ਆਪਣੇ ਜਿਹਨੂੰ ਕਹਿੰਦੇ ਨੇ ਕਿ ਨਵਾਂ ਪੰਜਾਬ ਦਾ ਮਾਡਲ ਪੰਜਾਬ ਦੇ ਮੁਤਾਬਕ ਲੈ ਕੇ ਆਉਣਾ ਪਊਗਾ। ਜੇ ਜੇ ਉਹੀ ਮਾਡਲ ਰਿਹਾ ਵੀ ਬਿਜ਼ਨਸ ਵਾਲਾ ਮਾਡਲ ਰਿਹਾ ਵੀ ਆਪਣਾ ਘਰ ਭਰ ਲਓ, ਆਪਣਾ ਬਿਜ਼ਨਸ ਚਮਕਾ ਲਓ, ਦੂਜਿਆਂ ਦਾ ਮੱਕੂ ਠੱਪ ਦਿਓ, ਉਹਦੇ ਨਾਲ ਜਿਹੜਾ ਹੈਗਾ ਅਕਾਲੀ ਦਲ ਕਦੇ ਵੀ ਜਿਹੜਾ ਪੰਜਾਬ ਦੇ ਲੋਕਾਂ ਦੇ ਹੁਣ ਉਹ ਲੈ ਚੁੱਕਾ ਤੇ ਦੁਬਾਰੇ ਕਦੇ ਨੀ ਉਹਨਾਂ ਦਾ ਉਹ ਬਣੇਗਾ, ਲੋਕਾਂ ਦੇ ਸਾਹਮਣੇ ਨੀ ਉੱਭਰ ਕੇ ਆਏਗਾ। ਜੇਕਰ ਉੱਭਰ ਕੇ ਆਉਣਾ ਇਮਾਨਦਾਰੀ ਦਿਖਾਉਣੀ ਪਏਗੀ, ਇਮਾਨਦਾਰੀ ਦੇਖਣ ਨੂੰ ਵੀ ਲੱਗੇ, ਡਰਾਮਾ ਨਾ ਲੱਗੇ ਉਹ, ਤੇ ਆਪਣੇ ਜਿਹੜੇ ਪੁਰਾਣੀਆਂ ਪ੍ਰੋਗਰੈਸਿਵ ਜਿਹੜੀਆਂ ਤੁਹਾਡੀਆਂ ਵੈਲਿਊਜ਼ ਨੇ ਉਹਦੇ ਉੱਤੇ ਤੁਹਾਨੂੰ ਉਹਦੇ ਵੱਲ ਦੁਬਾਰਾ ਮੋੜਾ ਕੱਟਣਾ ਪਊਗਾ। ਦੂਜੀ ਗੱਲ, ਬੜੇ ਮੁੱਦਿਆਂ ਦਾ ਜ਼ਿਕਰ ਤੁਸੀਂ ਕੀਤਾ ਸ਼ਿਵਿੰਦਰ ਜੀ। ਜਿਸ ਤਰੀਕੇ ਨਾਲ ਪੰਜਾਬ ਰਾਜ ਦੇ ਵਿੱਚੋਂ ਖੇਤਰੀ ਪਾਰਟੀਆਂ ਬਿਲਕੁਲ ਨਿਵਾਣ 'ਤੇ ਚਲੀਆਂ ਗਈਆਂ ਨੇ, ਧਰਾਤਲ 'ਤੇ ਆ ਗਈਆਂ ਨੇ, ਕੀ ਪੰਜਾਬ ਦੇ ਮੁੱਦੇ ਵਾਇਆ ਦਿੱਲੀ ਹੀ ਆਉਣ ਵਾਲੇ ਸਮੇਂ ਦੇ ਵਿੱਚ ਨੇਤਾਵਾਂ ਦੇ ਉੱਤੇ ਠੋਸੇ ਜਾਣਗੇ, ਅਤੇ ਆਪਣੇ ਨੇਤਾ ਜਿਹੜੇ ਆ ਜਿੰਨੇ ਪੰਜਾਬ ਦੇ ਵੱਖ ਵੱਖ ਪਾਰਟੀਆਂ ਦੇ ਲੀਡਰ ਆ, ਕੀ ਉਹ ਪੰਜਾਬ ਦੇ ਮੁੱਦਿਆਂ ਨੂੰ ਹੱਲ ਕਰਾਉਣ ਲਈ ਹਮੇਸ਼ਾ ਨਿਰਭਰ ਹੀ ਰਹਿਣਗੇ ਦਿੱਲੀ 'ਤੇ? ਇਹਦੇ ਬਾਰੇ ਭਵਿੱਖ ਦੇ ਗਰਭ 'ਚ ਪਈ ਹੈ ਗੱਲ, ਪਰ ਕੀ ਕਹਿਣਾ ਚਾਹੋਗੇ, ਕੀ ਕਿਆਸ ਰਾਈ, ਕੀ ਤੁਹਾਡਾ ਤਜਰਬਾ? ਦੇਖੋ ਉਹ ਤਾਂ ਚਲੋ ਸਾਡੇ ਕੰਸਟੀਟਿਊਸ਼ਨ ਦੇ ਵਿੱਚ ਹੈ ਕਿ ਰਾਜਾਂ ਦੇ ਦੀ ਤਾਕਤਾਂ ਦੇ ਉੱਤੇ ਤੇ ਸੈਂਟਰ ਦੀਆਂ ਤਾਕਤਾਂ 'ਚ ਵੰਡ ਕੀਤੀ ਜਾਂਦੀ ਹੈ, ਉਹਦੇ ਵਿੱਚ ਰਾਜਾਂ ਦੇ ਕੋਈ ਵੀ ਅਧਿਕਾਰ ਨੇ। ਪਰ ਹੁਣ ਜਿਹੜਾ ਸਮੇਂ 'ਚ ਅਸੀਂ ਵਿਚਰ ਰਹੇ ਹਾਂ, ਸੱਤਾ ਦੇ ਵਿੱਚ BJP ਕਾਬਜ਼ ਹੈ, ਉਹ ਰਾਜਾਂ ਦੇ ਅਧਿਕਾਰ ਜਿਹੜੀ ਹੈਗੀ ਹੈ ਖਾਣ ਲੱਗੀ ਹੋਈ ਹੈਗੀ ਆ, ਮਾਰਨ ਲੱਗੀ ਆ ਨਿਰਦਈ ਤਰੀਕੇ ਦੇ ਨਾਲ। ਤੇ ਆਮ ਆਦਮੀ ਪਾਰਟੀ ਜੋ ਪੰਜਾਬ 'ਚ ਆ ਚੁੱਕੀ ਹੈ, ਉਹ ਆਈ ਤਾਂ ਇਸ ਲਈ ਸੀ ਕਿ ਲੋਕਪਾਲ ਲਿਆਵਾਂਗੇ, ਫਲਾਨਾ ਕਰਾਂਗੇ, ਸਵਰਾਜ ਦੀ ਭਾਵਨਾ, ਸਵਰਾਜ ਦੀ ਭਾਵਨਾ ਇਹੀ ਹੁੰਦੀ ਹੈ ਵੀ ਜਮਹੂਰੀਅਤ ਨੂੰ ਵੱਧ ਤੋਂ ਵੱਧ ਅਧਿਕਾਰ ਦੇਣੇ ਹੈਗੇ ਆ, ਥੱਲੇ ਤੋਂ ਪਿੰਡ ਪੱਧਰ ਤੋਂ ਦੇਣੇ ਹੈਗੇ ਨੇ। ਪਰ ਇਹ ਇਹਨਾਂ ਨੇ ਆ ਕੇ ਆਪਣਾ ਜਿਹੜਾ ਇੱਕ ਹਾਈਕਮਾਨ ਕਲਚਰ ਕਰ ਲਿਆ, ਇਹ ਵੀ ਮਤਲਬ ਉਲਟਾ ਕਿਤੇ ਨਾ ਕਿਤੇ BJP ਵਰਗਾ ਹੀ ਕੰਮ ਹੋ ਗਿਆ। ਫਿਰ ਆ ਗਈ ਕਾਂਗਰਸ ਪਾਰਟੀ। ਕਾਂਗਰਸ ਪਾਰਟੀ ਜਿਹੜੀ ਹੈਗੀ ਆ ਉਹਦਾ ਭਾਵੇਂ ਕਿ ਰਾਜਾਂ ਦੇ ਵਿੱਚ ਇੱਕ ਆਧਾਰ ਰਿਹਾ, ਕਿਉਂਕਿ ਬਹੁਤ ਸਾਰੇ ਉਹ ਜਿਹੜੇ ਸੂਬੇ 'ਚ ਹੁੰਦੀ ਹੈ ਕਈ ਵਾਰ ਉਹ ਸੂਬੇ ਵਰਗੀ ਹੀ ਲੱਗਣ ਲੱਗ ਜਾਂਦੀ ਆ, ਹਾਲਾਂਕਿ ਉਹਦੇ ਵਿੱਚ ਹਾਈਕਮਾਨ ਕਲਚਰ ਬਹੁਤ ਭਾੜੂ ਹੈਗਾ। ਹੁਣ ਲੈ ਜਾ ਕੇ ਅਕਾਲੀ ਦਲ ਆ ਗਿਆ, ਅਕਾਲੀ ਦਲ ਖੇਤਰੀ ਪਾਰਟੀ ਸੀਗਾ, ਪਰ ਅਸੀਂ ਦੇਖਿਆ ਕਿ ਅਕਾਲੀ ਦਲ ਦੇ ਵਿੱਚ ਵੀ ਹਾਈਕਮਾਨ ਕਲਚਰ ਹੋ ਗਿਆ, ਅਕਾਲੀ ਦਲ ਵਿੱਚ ਵੀ ਫਿਰ ਉਸ ਤੋਂ ਫੈਸਲੇ ਹੋਣ ਲੱਗੇ। ਜਿਹੜਾ ਅਸੀਂ ਦੇਖਿਆ ਨਾ ਵੀ ਖੇਤਰੀ ਪਾਰਟੀ ਇਕੱਲੀ ਆਏ ਨੀ ਹੁੰਦੀ ਵੀ ਇਕੱਲੀ ਖੇਤਰੀ ਪਾਰਟੀ ਬਣ ਜਾਵੇ ਜੀ, ਉਹ ਖੇਤਰੀ ਪਾਰਟੀ ਆ। ਖੇਤਰੀ ਪਾਰਟੀ ਦਾ ਮਤਲਬ ਇਹ ਹੁੰਦਾ ਕਿ ਖੇਤਰੀ ਪਾਰਟੀ ਦੇ ਨਾਲ ਨਾਲ ਤੁਸੀਂ ਤੁਹਾਡੇ ਵਿੱਚ ਅੰਦਰੂਨੀ ਜਮਹੂਰੀਅਤ ਵੀ ਹੋਵੇ। ਹੁਣ ਉਸ ਮਸਲੇ ਵਿੱਚੋਂ ਨਾ ਜਿਹੜਾ ਹੈਗਾ ਪੰਜਾਬ ਦੇ ਵਿੱਚ ਬੜੇ ਵੱਡਾ ਸੰਕਟ ਦਿਖਦਾ ਹੈਗਾ। ਅਕਾਲੀ ਦਲ ਜਿਹੜਾ ਹੈਗਾ ਦੇਖਣ ਨੂੰ ਖੇਤਰੀ ਪਾਰਟੀ ਹੈਗਾ, ਪਰ ਇਹਨੇ ਖੇਤਰੀ ਪਾਰਟੀ ਵਰਗਾ ਆਪਣਾ ਸੁਭਾਅ ਕਾਫੀ ਚਿਰ ਤਿਆਗ ਦਿੱਤਾ, ਜਿਹਦੇ ਕਰਕੇ ਉਹਨੂੰ ਨੁਕਸਾਨ ਵੀ ਹੋਇਆ। ਤੇ ਹੁਣ ਜਿਹੜਾ ਹੈਗਾ ਲੈ ਦੇ ਕੇ ਜਿਹੜੀਆਂ ਪਾਰਟੀਆਂ ਆ ਰਹੀਆਂ ਨੇ, ਉਹ ਮੈਨੂੰ ਲੱਗਦਾ 2-3 ਪਾਰਟੀਆਂ ਜਿਹੜੀਆਂ ਹੈਗੀਆਂ ਨੇ ਇਹਨਾਂ ਨੂੰ ਅਕਾਲੀ ਦਲ ਨੂੰ ਦੁਬਾਰੇ ਸੋਚੇ ਅਕਾਲੀ ਦਲ, ਕਿਉਂਕਿ ਉਹਦੇ ਉਹ ਖੇਤਰੀ ਪਾਰਟੀ ਮੰਨਿਆ ਜਾਂਦਾ ਵੀ ਦੁਬਾਰੇ ਕਿਵੇਂ, ਤਾਂ ਹੀ ਮੈਂ ਕਿਹਾ ਸੀ ਉਹਨੂੰ ਦੁਬਾਰਾ ਉਸ ਚੀਜ਼ਾਂ ਵੱਲ ਮੁੜਨਾ ਪਏਗਾ। ਇਸੇ ਤਰ੍ਹਾਂ ਕਾਂਗਰਸ ਪਾਰਟੀ ਆ, ਭਾਵੇਂ ਕੋਈ ਕੌਮੀ ਪਾਰਟੀ ਆ, ਪਰ ਉਹਦਾ ਇੱਕ ਇਤਿਹਾਸ ਰਿਹਾ ਪੰਜਾਬ ਦੇ ਕਈ ਸਾਰੇ ਅੰਦੋਲਨਾਂ ਨਾਲ ਵੀ ਰਿਹਾ, ਆਜ਼ਾਦੀ ਤੋਂ ਪਹਿਲਾਂ ਚਾਹੇ ਗੁਰਦੁਆਰਾ ਅੰਦੋਲਨ ਹੋ ਗਿਆ, ਹੋਰ ਹੋ ਗਿਆ, ਉਹਦੇ ਨਾਲ ਰਿਹਾ ਹੈਗਾ। ਤੇ 80ਵੇਂ ਜਾ ਕੇ ਉਹਨੇ ਆਪਣਾ ਸਿੱਖਾਂ ਦੇ ਮੂੰਹੋਂ ਲੈ ਗਈ ਹੈ, ਪਰ ਇਦੋਂ ਪਹਿਲਾਂ ਵਾਲਾ ਕਰੈਕਟਰ ਉਹਦਾ ਜਿਹੜਾ ਹੈਗਾ ਉਹ ਅਜਿਹਾ ਪੰਜਾਬ ਨਾਲ ਜੁੜਿਆ ਹੋਇਆ। ਤੇ ਉਹਦੇ ਵਿੱਚ ਵੀ ਤੁਸੀਂ ਦੇਖੋ ਵੀ ਦਿੱਕਤ ਇਹੀ ਆ ਵੀ ਜਿਵੇਂ 1-2 ਲੀਡਰ ਹੈਗੇ ਨੇ, ਜਿਵੇਂ ਨਵਜੋਤ ਸਿੰਘ ਸਿੱਧੂ ਆ, ਉਹ ਸੂਬੇ ਦੇ ਮੁੱਦੇ ਚੁੱਕਣ ਦੀ ਗੱਲ ਕਰ ਰਿਹਾ ਹੈਗਾ, ਪਰ ਉਹਦੇ ਵਿੱਚ ਜਿਹੜਾ ਹੈਗਾ ਉਹਨੂੰ ਪਰ ਖੁੱਡੇ ਲਾਇਆ ਜਾਂਦਾ। ਜਿੰਨਾ ਚਿਕਰ ਕਾਂਗਰਸ ਲਈ ਸਭ ਕਹੀ ਆ ਵੀ ਜਿਵੇਂ ਅਸੀਂ ਕਰਨਾਟਕ ਵਿੱਚ ਆਪਣੀ ਲੋਕਲ ਲੀਡਰਸ਼ਿਪ ਨੂੰ ਉਭਰਨ ਦਿੱਤਾ, ਉਦਾਂ ਉਭਰਨ ਦਿਓ। ਨਹੀਂ ਆਮ ਆਦਮੀ ਪਾਰਟੀ 'ਚ ਇਹਦੇ ਨਾਲੋਂ ਦੂਜਾ ਜਿਹੜਾ ਹੈਗਾ BJP ਨੂੰ ਤੁਸੀਂ ਕੋਈ ਆਸ ਨਹੀਂ ਕਰ ਸਕਦੇ ਜੀ। ਗੈਂਗਸਟਰ ਭੁੱਖ ਹੜਤਾਲ 'ਤੇ ਨੇ ਜੀ, ਬਠਿੰਡਾ ਜੇਲ੍ਹ, ਲਾਰੈਂਸ ਅਤੇ ਬੰਬੀਹਾ ਗਰੁੱਪ ਦੇ, ਇਹ ਕਿਹੜੇ ਕਿਹੜੇ ਗੈਂਗਸਟਰ ਨੇ, ਇਹਦੇ ਬਾਰੇ ਕੀ ਅਪਡੇਟ ਆ ਤੁਹਾਡੇ ਕੋਲ ਸ਼ਿਵਿੰਦਰ ਜੀ, ਕਿਉਂ ਬੈਠੇ ਨੇ ਇਹ? ਅਸਲ ਦੇ ਵਿੱਚ ਜੋ ਬਠਿੰਡਾ ਜੇਲ੍ਹ ਕਾਫੀ ਕਾਰਨਾਂ ਕਰਕੇ ਚਰਚਾ 'ਚ ਰਹੀ ਆ ਜੀ। ਬਠਿੰਡਾ ਜੇਲ੍ਹ ਦੇ ਵਿੱਚ ਬੰਦ 25 ਮੁਲਜ਼ਮਾਂ ਦੇ ਵੱਲੋਂ ਭੁੱਖ ਹੜਤਾਲ ਕੀਤੀ ਗਈ ਆ। ਫਿਲਹਾਲ ਦੱਸਿਆ ਜਾ ਰਿਹਾ ਕਿ ਹੁਣ ਜੋ ਖਬਰ ਆ ਰਹੀ ਹੈ, ਜਿਵੇਂ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ, ਉਹ ਖਤਮ ਹੋ ਗਈ ਹੈ। ਸ਼ੁੱਕਰਵਾਰ ਸ਼ਾਮ ਤੋਂ ਆਪਣੀਆਂ ਮੰਗਾਂ ਨੂੰ ਲੈ ਕੇ ਜਿਹੜਾ ਹੈਗਾ ਭੁੱਖ ਹੜਤਾਲ ਕਰ ਰਹੇ ਸੀ। ਬਠਿੰਡਾ ਦੇ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਨੇ ਜਿਹੜਾ ਹੈਗਾ ਇਹਦੀ ਪੁਸ਼ਟੀ ਕੀਤੀ ਆ। ਜ਼ਿਲ੍ਹਾ ਬਠਿੰਡੇ ਜ਼ਿਲ੍ਹੇ ਦੇ ਜੇਲ੍ਹ ਦੇ ਜਿਹੜੇ ਹੈਗੇ ਆ ਸੁਪਰਡੈਂਟ ND ਨੇਗੀ ਨੇ ਕਿਹਾ ਕਿ ਉਹਨਾਂ ਦੀ ਜਿਹੜੀ ਮੰਗ ਉੱਤੇ ਨਿਯਮਾਂ ਅਨੁਸਾਰ ਵਿਚਾਰ ਕੀਤਾ ਜਾਏਗਾ। ਬਠਿੰਡਾ ਕੇਂਦਰੀ ਜੇਲ੍ਹ ਵਿੱਚ ਪੰਜਾਬ ਦੀ ਸਭ ਤੋਂ ਸੰਵੇਦਨਸ਼ੀਲ ਜੇਲ੍ਹ ਹੈ, ਇਹ ਸੁਰੱਖਿਅਤ ਜੇਲ੍ਹ ਮੰਨਿਆ ਜਾਂਦਾ ਕਿਉਂਕਿ 60 ਦੇ ਕਰੀਬ ਇਹਦੇ ਵਿੱਚ ਖਤਰਨਾਕ ਮੁਲਜ਼ਮ ਨੇ, ਜੋ ਇੱਕ ਜਿਹੜਾ ਹੈਗਾ ਡੈੱਡ ਜ਼ੋਨ ਵਿੱਚ ਬੰਦ ਨੇ। ਜਿਹੜੇ ਕੈਦੀ ਭੁੱਖ ਹੜਤਾਲ 'ਤੇ ਬੈਠੇ ਸੀ ਉਹ ਸਾਰੇ ਕੈਦੀ ਜਿਹੜਾ ਡੈੱਡ ਜ਼ੋਨ ਵਾਲੇ ਸੀ।
ਡੈਡ ਜ਼ੋਨ ਵਿੱਚ ਹਾਈ ਸਿਕਿਉਰਿਟੀ ਹੈ, ਬਠਿੰਡਾ ਜੇਲ੍ਹ ਦਾ ਜਿਹੜਾ ਉਹ ਹਿੱਸਾ ਹੈਗਾ ਜੋ ਖਤਰਨਾਕ ਮੁਲਜ਼ਮ ਜਿਵੇਂ ਕਿ ਗੈਂਗਸਟਰ ਨੂੰ ਰੱਖਿਆ ਜਾਂਦਾ, ਇਹਦੀ ਜਿਹੜੀ ਸੁਰੱਖਿਆ ਨੀਮ ਫੌਜੀ ਜਵਾਨਾਂ ਵੱਲੋਂ ਕੀਤੀ ਜਾਂਦੀ ਹੈ। ਬਠਿੰਡਾ ਜੇਲ੍ਹ ਦੇ ਅਧਿਕਾਰੀਆਂ ਦਾ ਕਹਿਣਾ ਕਿ ਪਹਿਲਾਂ ਕੁਝ 52 ਕੈਦੀ ਹੜਤਾਲ ਤੇ ਸੀਗੇ, ਪਰ ਹੁਣ ਜਿਹੜਾ ਹੈਗਾ ਇਹਨਾਂ ਨੇ ਜਿਹੜਾ ਹੈਗਾ ਮਹਿਜ਼ 25 ਦਿਨ ਦੇ ਕਰੀਬ ਜਿਹੜਾ ਹੈਗਾ ਹੜਤਾਲ ਕੀਤੀ ਹੈ, ਭੁੱਖ ਹੜਤਾਲ ਜਾਰੀ ਰੱਖੀ ਆ। ਇਹ ਮੰਗ ਸੀ ਕਿ ਉਹਨਾਂ ਨੂੰ ਮਨੋਰੰਜਨ ਲਈ ਟੈਲੀਵਿਜ਼ਨ ਦੇਣ ਦੀ ਇਜਾਜ਼ਤ ਹੋਵੇ, ਇਹਦੇ ਨਾਲ ਹੀ ਉਹ ਮੰਗ ਕਰ ਰਹੇ ਸੀ ਕਿ ਉਹਨਾਂ ਨੂੰ ਤੈਅ ਗਿਣਤੀ ਤੋਂ ਵੱਧ ਪਰਿਵਾਰਕ ਮੈਂਬਰਾਂ ਦੇ ਰਿਸ਼ਤੇਦਾਰਾਂ ਦੇ ਨੂੰ ਟੈਲੀਫੋਨ ਕਰਨ ਦੀ ਇਜਾਜ਼ਤ ਹੋਵੇ। ਜੇਲ੍ਹ ਅਧਿਕਾਰੀਆਂ ਦਾ ਕਹਿਣਾ ਕਿ ਜੇਲ੍ਹ ਮੈਨੂਅਲ ਮੁਤਾਬਕ ਭੁੱਖ ਹੜਤਾਲ ਕਰਨਾ ਇੱਕ ਜੁਰਮ ਹੈ, ਹਾਲਾਂਕਿ ਕੈਦੀਆਂ ਨੂੰ ਜਿਹੜਾ ਹੈਗਾ ਉਹਨਾਂ ਦੀਆਂ ਮੰਗਾਂ ਦੇ ਲਈ ਆਵਾਜ਼ ਚੁੱਕਣ ਦਾ ਮੌਲਿਕ ਅਧਿਕਾਰ ਹੈਗਾ। ਅਸੀਂ ਉਹਨਾਂ ਨੂੰ ਜਿਹੜਾ ਪਹਿਲਾਂ ਹੀ ਦੱਸ ਦਿੱਤਾ ਕਿ 15 ਦਿਨ ਦਾ ਸਮਾਂ ਜਿਹੜਾ ਚਾਹੀਦਾ ਤਾਂ ਜੋ ਅਸੀਂ ਤੁਹਾਡੀਆਂ ਮੰਗਾਂ ਸਰਕਾਰ ਤੱਕ ਪਹੁੰਚਾ ਸਕੀਏ ਤੇ ਉਹ ਜਿਹੜਾ ਅੜੇ ਹੋਏ ਨੇ ਕਿ ਮਸਲੇ ਨੂੰ ਫੌਰੀ ਹੱਲ ਕੀਤਾ ਜਾਵੇ। ਰੁਖ ਕਰਦੇ ਹਾਂ ਪਟਿਆਲਾ ਦਾ, ਬੇਅਦਬੀਆਂ ਦਾ ਦੌਰ ਜਿਹੜਾ ਹੈਗਾ ਇੱਕ ਤੋਂ ਬਾਅਦ ਇੱਕ ਸ਼ਹਿਰ ਨੂੰ ਪੰਜਾਬ ਦੇ ਨੂੰ ਆਪਦੇ ਕਲਾਵੇ 'ਚ ਲੈ ਰਿਹਾ, ਭਾਵੇਂ ਉਹ ਅੰਮ੍ਰਿਤਸਰ ਹੋਵੇ, ਫਤਿਹਗੜ੍ਹ ਸਾਹਿਬ ਵਾਲਾ ਏਰੀਆ ਆ ਜਾਂਦਾ, ਉਸ ਤੋਂ ਬਾਅਦ ਪਟਿਆਲਾ ਹੋ ਜਾਂਦੀ ਹੈ। ਬੇਅਦਬੀਆਂ ਇੱਕ ਤੋਂ ਬਾਅਦ ਇੱਕ ਹੋ ਰਹੀਆਂ ਨੇ ਜੀ, ਅਤੇ ਆਰੋਪੀ ਦਾ ਪਟਿਆਲਾ ਦੇ ਵਿੱਚ ਜੋ ਬੇਅਦਬੀ ਹੋਈ ਉਹ ਕਤਲ ਵੀ ਹੋ ਜਾਂਦਾ, ਕਿਵੇਂ ਦੇਖਦੇ ਹੋ ਇਹ ਸਾਰੇ ਮਸਲੇ ਨੂੰ? ਦੇਖੋ ਪਟਿਆਲੇ 'ਚ ਖਬਰ ਆ ਰਹੀ ਹੈ, ਲਗਭਗ ਆਪਾਂ ਨੂੰ ਪਤਾ ਵੀ ਤੁਹਾਡੇ ਕੋਲ ਵੀ ਉਸੇ ਤਰ੍ਹਾਂ ਹੀ ਆਈ ਹੈ ਜਿਵੇਂ ਕਿ ਮੇਰੇ ਕੋਲ ਪਹੁੰਚੀ ਹੈ ਜੀ। ਪਟਿਆਲਾ ਦੇ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਦੇ ਵਿੱਚ ਇੱਕ ਔਰਤ ਦੇ ਕਤਲ ਦਾ ਮਾਮਲਾ ਸਾਹਮਣੇ ਆਇਆ। ਮ੍ਰਿਤਕ ਮਹਿਲਾ ਦੀ ਪਛਾਣ ਜਿਹੜੀ ਹੈਗੀ ਆ ਪਰਵਿੰਦਰ ਕੌਰ ਵਜੋਂ ਹੋਈ ਹੈ, ਜੋ ਕਿ ਪਟਿਆਲਾ ਦੀ ਵਸਨੀਕ ਦੱਸੀ ਜਾ ਰਹੀ ਹੈ। ਮਹਿਲਾ ਉੱਤੇ ਇਲਜ਼ਾਮ ਨੇ ਕਿ ਗੁਰਦੁਆਰਾ ਸਾਹਿਬ ਦੇ ਸਰੋਵਰ ਦੀਆਂ ਪੌੜੀਆਂ ਦੇ ਵਿੱਚ ਬੈਠੀ ਕਥਿਤ ਤੌਰ ਉੱਤੇ ਸ਼ਰਾਬ ਪੀ ਰਹੀ ਸੀ, ਜਿਸ ਤੋਂ ਬਾਅਦ ਸਾਰੀ ਘਟਨਾ ਵਾਪਰੀ ਹੈ। ਇਹ ਘਟਨਾ ਇੱਕ ਸੇਵਾਦਾਰ ਦੇ ਵੀ ਜਿਹੜਾ ਦੱਸਿਆ ਜਾ ਰਿਹਾ ਕਿ ਗੋਲੀ ਵੱਜੀ ਹੈ ਤੇ ਜਿਹਨੂੰ ਪਟਿਆਲਾ ਦੇ ਰਜਿੰਦਰਾ ਹਸਪਤਾਲ ਵਿੱਚ ਭਰਤੀ ਕਰਾਇਆ ਗਿਆ, ਜਦਕਿ ਮਹਿਲਾ ਮੌਕੇ ਤੇ ਦਮ ਤੋੜ ਗਈ। ਗੁਰਦੁਆਰਾ ਦੇ ਪ੍ਰਬੰਧਕ ਤੇ ਸੇਵਕਾਂ ਦੇ ਮੁਤਾਬਕ ਹਮਲਾਵਰ ਸੰਗਤ ਵਿੱਚੋਂ ਹੀ ਸੀ, ਜਿਹਨੂੰ ਕਿ ਪੁਲਿਸ ਨੇ ਤੁਰੰਤ ਕਾਬੂ ਕਰ ਲਿਆ। ਪੁਲਿਸ ਪਟਿਆਲੇ ਦੇ ਜਿਹੜੇ ਐਸ ਪੀ ਮੁਹੰਮਦ ਸਰਫਰਾਜ਼ ਆਲਮ ਨੇ ਘਟਨਾ ਦੀ ਪੁਸ਼ਟੀ ਕੀਤੀ ਹੈ। ਪਟਿਆਲਾ ਦੇ ਐਸ ਐਸ ਪੀ ਵਰੁਣ ਸ਼ਰਮਾ ਦਾ ਕਹਿਣਾ ਕਿ ਘਟਨਾ ਦੌਰਾਨ ਹਮਲਾਵਰ ਨੇ 4-5 ਗੋਲੀਆਂ ਚਲਾਈਆਂ, ਜਿਹਨਾਂ ਵਿੱਚੋਂ 3 ਗੋਲੀਆਂ ਮਹਿਲਾ ਨੂੰ ਲੱਗੀਆਂ ਨੇ ਤੇ 1 ਗੋਲੀ ਜਿਹੜੀ ਇੱਕ ਸੇਵਾਦਾਰ ਨੂੰ ਲੱਗੀ ਹੈ ਜੋ ਹਸਪਤਾਲ ਦੇ ਵਿੱਚ ਜ਼ੇਰੇ ਇਲਾਜ ਹੈ, ਤੇ ਮੁਲਜ਼ਮ ਨੂੰ ਜਿਹੜਾ ਗ੍ਰਿਫਤਾਰ ਕਰ ਲਿਆ ਗਿਆ। ਤੇ ਦੂਜੇ ਪਾਸੇ ਐਸ ਐਸ ਪੀ ਦੇ ਮੁਤਾਬਕ ਐਤਵਾਰ ਨੂੰ ਦੇਰ ਸ਼ਾਮ ਗੁਰਦੁਆਰਾ ਦੁੱਖ ਨਿਵਾਰਨ ਦੇ ਵਿੱਚ ਇੱਕ ਮਹਿਲਾ ਸਰੋਵਰ ਦੀਆਂ ਪੌੜੀਆਂ ਦੇ ਨੇੜੇ ਕਥਿਤ ਤੌਰ 'ਤੇ ਸ਼ਰਾਬ ਪੀ ਰਹੀ ਸੀ, ਉਹਨੂੰ ਦੇਖਿਆ ਗਿਆ ਤਾਂ ਸੇਵਾਦਾਰਾਂ ਤੇ ਹਾਜ਼ਰ ਸ਼ਰਧਾਲੂਆਂ ਨੇ ਸਵਾਲ ਜਵਾਬ ਕਰਨੇ ਸ਼ੁਰੂ ਕੀਤੇ, ਜਿਹਦੇ ਕਰਕੇ ਉਹ ਮਹਿਲਾ ਭੜਕ ਗਈ। ਮਹਿਲਾ ਨੇ ਸ਼ਰਾਬ ਦੀ ਬੋਤਲ ਉੱਥੇ ਭੰਨ ਦਿੱਤੀ ਤੇ ਸੇਵਾਦਾਰ ਨਾਲ ਬਹਿਸ ਹੋਈ। ਇਸ ਤਰ੍ਹਾਂ ਮਹਿਲਾ ਨੂੰ ਜਿਹੜਾ ਗੁਰਦੁਆਰੇ ਦੇ ਮੈਨੇਜਰ ਦੇ ਕੋਲ ਲਿਜਾਇਆ ਗਿਆ ਤੇ ਪੁਲਿਸ ਨੂੰ ਬੁਲਾਇਆ ਗਿਆ। ਇਸ ਤਰ੍ਹਾਂ ਲੋਕਾਂ ਦੇ ਵਿੱਚ ਮੌਜੂਦ ਇੱਕ ਸ਼ਖਸ ਨੇ ਉਹਨੂੰ ਗੋਲੀਆਂ ਮਾਰੀਆਂ। ਦੇਖੋ ਇਹ ਆਪਣੇ ਆਪ ਦੇ ਵਿੱਚ ਜੋ ਪੰਜਾਬ 'ਚ ਲਗਾਤਾਰ ਇਸ ਤਰ੍ਹਾਂ ਦੀਆਂ ਘਟਨਾਵਾਂ ਹੋ ਰਹੀਆਂ ਦੁਖਦਾਈ ਨੇ, ਪਰ ਜਿਹੜਾ ਇੱਕ ਇਸ ਤਰ੍ਹਾਂ ਕਤਲ ਕਰ ਦਿੱਤਾ ਜਾਣਾ ਉਹ ਵੀ ਕੋਈ ਸਾਰਥਕ ਨਹੀਂ। ਪਹਿਲੀ ਗੱਲ ਤਾਂ ਗੁਰਦੁਆਰੇ ਦੇ ਵਿੱਚ ਜੇ ਅਸੀਂ ਕਹਿੰਦੇ ਵੀ ਸ਼ਰਧਾਲੂਆਂ ਦੇ ਵਿੱਚੋਂ ਹੀ ਕੋਈ ਬੰਦਾ ਹਥਿਆਰ ਲੈ ਕੇ ਆਇਆ ਤਾਂ ਇਹ ਕਮਾਲ ਦੀ ਗੱਲ ਹੈ ਵੀ ਉਹ ਹਥਿਆਰ ਕੀ ਕਰਨ ਲੈ ਕੇ ਆਇਆ ਸੀ। ਪ੍ਰਾਪਰਟੀ ਡੀਲਰ ਦੱਸ ਰਹੇ ਨੇ ਉਹ ਤੇ ਡਿਟੇਲ ਦੇ ਵਿੱਚ ਮਤਲਬ ਰੋਜ਼ਾਨਾ ਜਿਹੜਾ ਹੈਗਾ ਉੱਥੇ ਪਹੁੰਚਦਾ, ਪਰ ਸਵਾਲ ਇਹ ਹੈਗਾ ਕਿ ਇੰਨੇ ਬੇਅਦਬੀਆਂ ਦੇ ਜਿੰਨੇ ਵੀ ਘਟਨਾਕ੍ਰਮ ਵਾਪਰਦੀ ਹੈ ਗੁਰਦੁਆਰਾ ਸਾਹਿਬ ਨੂੰ ਹੀ ਟਾਰਗੇਟ ਕੀਤਾ ਜਾਂਦਾ ਦੇਖ ਰਿਹਾ, ਤੁਹਾਨੂੰ ਲੱਗਦਾ ਕਿ ਕਿਤੇ ਨਾ ਕਿਤੇ ਤੁਹਾਡੀ ਆਵਾਜ਼ ਥੋੜੀ ਕੱਟੀ ਜਾ ਰਹੀ ਹੈ, ਥੋੜਾ ਜਿਹਾ ਮੈਂ ਮੈਨੂੰ ਸਮਝ ਨਹੀਂ ਆ ਰਹੀ, ਪਰ ਤੁਸੀਂ ਪਹਿਲਾਂ ਆਪਣੀ ਗੱਲ ਪੂਰੀ ਕਰੋ ਫਿਰ ਮੈਂ ਗੱਲ ਕਰਦਾ ਜੀ। ਕਿਤੇ ਨਾ ਕਿਤੇ ਜਿਹੜੇ ਸੁਰੱਖਿਆ ਦੇ ਪ੍ਰਬੰਧ ਆ ਉਹ ਭਾਵੇਂ ਗੁਰਦੁਆਰੇ ਦੇ ਪੱਖ ਤੋਂ ਜਾਂ ਲੋਕਲ ਪੁਲਿਸ ਦੇ ਪੱਖ ਤੋਂ ਕਿਸ ਨਜ਼ਰ ਨਾਲ ਦੇਖਦੇ ਹੋ ਕਿ ਕਿਹੋ ਜਿਹੇ ਪ੍ਰਬੰਧ ਜਿਹੜੇ ਹੈਗੇ ਆ ਉਹ ਜਿਸ ਹਿਸਾਬ ਨਾਲ ਇੱਕ ਤੋਂ ਬਾਅਦ ਇੱਕ ਬੇਅਦਬੀ ਵਾਪਰ ਰਹੀ ਹੈ ਵੱਖ ਵੱਖ ਗੁਰਦੁਆਰਿਆਂ ਦੇ ਆਲੇ ਦੁਆਲੇ ਦੇ ਇਲਾਕਿਆਂ ਦੇ ਵਿੱਚ, ਸੁਰੱਖਿਆ ਨੂੰ ਲੈ ਕੇ ਤੁਹਾਨੂੰ ਲੱਗਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਪੁਲਿਸ ਜਾਂ ਪ੍ਰਬੰਧਕ ਜਿਹੜੇ ਆ ਕੁਝ ਥੋੜ੍ਹੇ ਬਹੁਤ ਜ਼ਿਆਦਾ ਅਲਰਟ ਹੋਣਗੇ, ਤਾਂ ਕਿਹੋ ਜਿਹੀ ਸੁਰੱਖਿਆ ਤੁਹਾਡੀ ਨਜ਼ਰ 'ਚ ਹੋਣੀ ਚਾਹੀਦੀ ਹੈ? ਡਾਕਟਰ ਸਾਹਿਬ ਮੈਨੂੰ ਦੋ ਤਰ੍ਹਾਂ ਲੱਗਦੀ ਹੈ। ਇੱਕ ਤਾਂ ਦੇਖੋ ਇਹ ਜਿਹੜੀਆਂ ਘਟਨਾਵਾਂ ਬੇਅਦਬੀ ਵਾਲੀਆਂ ਜਿਹਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਜਾਂ ਉੱਥੇ ਤਾਬਿਆਂ ਦੇ ਵਿੱਚ ਜਾ ਕੇ ਜਿਹੜਾ ਹੈਗਾ ਇਹ ਸਾਰਾ ਕੁਛ ਹੁੰਦਾ ਰਿਹਾ ਪਹਿਲਾਂ, ਉਹ ਤਾਂ ਇੱਕ ਸੋਚੀ ਸਮਝੀ ਸਾਜਿਸ਼ ਲੱਗਦੀ ਹੈ, ਚਾਹੇ ਉਹਦੇ ਵਿੱਚ ਕੋਈ ਮਾਨਸਿਕ ਤੌਰ 'ਤੇ ਪਰੇਸ਼ਾਨ ਬੰਦਾ ਵੀ ਹੋਵੇ, ਪਰ ਉਹ ਵੀ ਮਤਲਬ ਕਿਸੇ ਨੇ ਭੇਜਿਆ ਹੋਇਆ ਹੁੰਦਾ ਲੱਗਦਾ ਜਿਵੇਂ 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 ਜੇ ਘਟਨਾਵਾਂ ਨੇ, ਕਿਉਂਕਿ ਉਹਨੂੰ ਵੀ ਜਿਵੇਂ ਹੁੰਦਾ ਨਾ ਵੀ ਆਪਾਂ ਕਿਸੇ ਸਿੱਧਰੇ ਬੰਦੇ ਨੂੰ ਭੇਜ ਦਿੰਦੇ ਵੀ ਤੂੰ ਐਂ ਕਰਦੇ, ਉਹਨੂੰ ਕਿਹੜਾ ਕੋਈ ਪਤਾ ਹੁੰਦਾ ਜੇ, ਤੇ ਕਈ ਵਾਰ ਉਹ ਸੁਚੇਤ ਰੂਪ ਵਿੱਚ ਨੋਰਮਲ ਬੰਦਾ ਵੀ ਹੋ ਸਕਦਾ, ਉਹਦੇ ਪਿੱਛੇ ਕੋਈ ਤਾਕਤਾਂ ਕੰਮ ਕਰਦੀਆਂ ਹੈਗੀਆਂ ਨੇ ਜਿਹੜਾ ਕਿ ਪੰਜਾਬ ਦਾ ਮਾਹੌਲ ਵਿਗਾੜਦੀਆਂ ਨੇ। ਇੱਕ ਤਾਂ ਇਹ ਹੈਗਾ ਕਿ ਸੁਰੱਖਿਆ ਦੇ ਨਾਲ ਨਾਲ ਸਾਨੂੰ ਇਹ ਦੇਖਣਾ ਪਏਗਾ ਕਿ
ਅਸੀਂ ਨਿੱਕੇ ਉਸ ਗੱਲ ਉੱਤੇ ਬੰਦੇ ਦਾ ਕਤਲ ਕਰ ਦਿੰਦੇ ਹਾਂ। ਹੁਣ ਦੇਖੋ ਕਿੰਨੇ ਹੀ ਕਤਲ ਹੋ ਗਏ ਇਸ ਮਾਮਲੇ ਵਿੱਚ, ਤਿੰਨ ਚਾਰ ਤਾਂ ਆਪਾਂ ਨੂੰ ਪਤਾ। ਇੱਕ ਬੰਦਾ ਤਾਂ ਉਹ ਰੋਪੜ ਵਾਲਾ ਤਾਂ ਜੇਲ੍ਹ ਦੇ ਵਿੱਚ ਜਾ ਕੇ ਵੀ ਇਸ ਲਈ ਮਰਿਆ ਸੀ ਕਿਉਂਕਿ ਉਹਦੇ ਪੁਰਾਣੇ ਜਿਹੜੇ ਉਹਦੀ ਕੁੱਟਮਾਰ ਵਾਲੇ ਜ਼ਖਮ, ਉਹਦੀ ਤਾਪ ਚੱਲ ਨਹੀਂ, ਉਹ ਚੱਲ ਸਕਿਆ। ਇਹਦੇ ਨਾਲ ਨਿਕਲਣਾ ਕੁਛ ਨਹੀਂ ਹੁੰਦਾ। ਸਾਡਾ ਮੰਨਣਾ ਕਿ ਕਿਸੇ ਵੀ ਵਿਅਕਤੀ ਦਾ ਕਤਲ ਨਹੀਂ ਹੋ ਸਕਦਾ, ਕਤਲ ਕਰਨਾ ਗਲਤ ਗੱਲ ਹੈਗੀ ਆ, ਕਿਉਂਕਿ ਉਹਦੇ ਨਾਲ ਇੱਕ ਤਾਂ ਵੈਸੇ ਹੀ ਜਿਹੜਾ ਹੈਗਾ ਉਹ ਇੱਕ ਤਾਲੇਬਾਨੀ ਕਿਸਮ ਦਾ ਇਹ ਰੁਝਾਨ ਹੈਗਾ ਬੰਦੇ ਦਾ ਕਤਲ ਕਰ ਦੇਣਾ। ਦੂਜੀ ਚੀਜ਼ ਹੈਗੀ ਆ, ਤੁਸੀਂ ਉਹਦਾ ਜੜ ਤੱਕ ਨਹੀਂ ਪਹੁੰਚ ਸਕਦੇ। ਜਿਵੇਂ ਹੁਣ ਇੱਕ ਬੰਦਾ ਮੈਨੂੰ ਕਹਿ ਰਿਹਾ ਸੀ ਵੀ ਨਹੀਂ ਕਤਲ ਕਰਨ ਦਾ ਬੜਾ ਵਧੀਆ, ਕਿਉਂਕਿ ਉਹਦੇ ਨਾਲ ਉਹਨਾਂ ਦੇ ਅਕਾਵਾਂ ਨੂੰ ਸੰਦੇਸ਼ ਜਾਂਦਾ, ਅਕਾਵਾਂ ਨੂੰ ਕੋਈ ਸੰਦੇਸ਼ ਨਹੀਂ ਜਾਂਦਾ। ਅਕਾਵਾਂ ਨੇ ਉਹਨਾਂ ਬੰਦਿਆਂ ਨੂੰ ਸਿਰਫਿਰਿਆਂ ਨੂੰ ਮਰਨ ਲਈ ਹੀ ਛੱਡਿਆ ਹੁੰਦਾ, ਸਗੋਂ ਉੱਥੇ ਤੱਕ ਜਾ ਕੇ ਤੁਸੀਂ ਜੜ ਤੱਕ ਨਹੀਂ ਪਹੁੰਚ ਸਕਦੇ ਵੀ ਕਹਾਣੀ ਕਿੱਥੇ ਹੈਗੀ ਹੈ, ਕਿੱਥੇ ਨਹੀਂ ਹੈਗੀ ਆ ਜਿਹੜਾ। ਜੀ ਕੁਛ ਕਹਿ ਰਹੇ ਹੋ? ਬਿਲਕੁਲ ਬਿਲਕੁਲ, ਇਹਦੇ ਪਿੱਛੇ ਕਿਹੜੀਆਂ ਤਾਕਤਾਂ ਕੰਮ ਕਰ ਰਹੀਆਂ ਨੇ, ਕਤਲ ਦੇ ਨਾਲ ਤਾਂ ਸਾਰਾ ਕੁਝ ਖਤਮ। ਅੱਛਾ ਹੁਣ ਆ ਜਿਹੜੀ ਔਰਤ ਵਾਲੀ ਗੱਲ ਆ, ਇਹ ਔਰਤ ਦੇ ਬਾਰੇ ਪਹਿਲਾਂ ਇਹ ਖਬਰ ਆਈ ਸੀ ਵੀ ਇਹ ਔਰਤ ਸ਼ਾਇਦ ਕੋਈ ਡਿਪਰੈਸ਼ਨ ਦਾ ਸ਼ਿਕਾਰ ਸੀ ਜਾਂ ਹੋਰ ਸੀਗੀ, ਇਹ ਬਾਹਰ ਉੱਥੇ ਬੈਠੀ ਸੀਗੀ। ਮੈਂ ਇਹ ਵੀ ਮੰਨਦਾ ਚਲੋ ਵੀ ਨਹੀਂ ਸੀਗੀ ਇਹ ਔਰਤ, ਕੋਈ ਚਾਹੇ ਇਹਨੂੰ ਕਿਸੇ ਨੇ ਭੇਜਿਆ ਹੀ ਕਿਵੇਂ ਹੋਵੇ, ਉੱਥੇ ਸ਼ਰਾਬ ਪੀਂਦੀ ਸੀ। ਹੁਣ ਇਹਦੇ ਵਿੱਚ ਨਾ ਦੋ ਚੀਜ਼ਾਂ, ਇੱਕ ਤਾਂ ਹੋ ਗਈਆਂ ਸੱਚੀ ਮੁੱਚੀ ਘਟਨਾਵਾਂ, ਕੁਛ ਨਾ ਘਟਨਾਵਾਂ ਮੈਂ ਦੇਖਦਾ ਹੁੰਦਾ ਸੀਗਾ ਪਹਿਲਾਂ ਵੀ, ਇਹ ਕੁਛ ਹੋ ਜਾਂਦਾ ਸੀ, ਇੱਦਾਂ ਦੀਆਂ ਘਟਨਾਵਾਂ ਹੁੰਦੀਆਂ ਸੀ, ਉਹ ਇਸ਼ੂ ਨਹੀਂ ਬਣਦੀਆਂ ਹੁੰਦੀਆਂ ਸੀਗੀਆਂ। ਉਦਾਹਰਨ ਦੇ ਤੌਰ ਤੇ ਮੈਂ ਤੁਹਾਨੂੰ ਦੋ ਤਿੰਨ ਉਦਾਹਰਨਾਂ ਦਿੰਦਾ। ਮੇਰੇ ਲਾਗੇ ਇੱਕ ਪਿੰਡ ਦੇ ਵਿੱਚ ਗੁਰਦੁਆਰਾ ਸਾਹਿਬ ਦੇ ਨਾ ਅੰਦਰ ਨਹੀਂ ਬਾਹਰ, ਇੱਕ ਨਾ ਆਪਾਂ ਨੂੰ ਪਤਾ ਵੀ ਹਰੇਕ ਗੁਰਦੁਆਰਾ ਸਾਹਿਬ ਦੇ ਬਾਹਰ ਇੱਕ ਉਹ ਬੈਠਾ ਉਹ ਬਣਿਆ ਹੁੰਦਾ ਪਾਣੀ, ਠੰਡੇ ਪਾਣੀ ਦਾ ਜਿਹੜਾ ਕੈਂਪਰ ਜਿਹਾ ਬਣਾਇਆ ਹੁੰਦਾ ਹੈਗਾ, ਉਹਦੇ ਨਾਲ ਇੱਕ ਗਲਾਸ ਲਮਕਾਇਆ ਹੁੰਦਾ ਵੀ ਕੋਈ ਵੀ ਬੰਦਾ ਆ ਕੇ ਨਾ ਪਾਣੀ ਪੀ ਲਵੇ, ਹਾਂਜੀ। ਤੇ ਆ 5-6 ਸਾਲ ਦੀ ਗੱਲ ਹੈਗੀ ਆ ਕਿ ਉੱਥੇ ਹੋਇਆ ਕੀ ਕਿ ਇੱਕ ਬੰਦੇ ਨੇ ਆ ਕੇ, ਉੱਦਾਂ ਹੀ ਬੇਵਕੂਫ ਸੀਗਾ, ਸ਼ਰਾਬ ਦੇ ਵਿੱਚ ਟੁੰਨ ਰਹਿੰਦਾ ਸੀਗਾ, ਉਹਨੇ ਜਾ ਕੇ ਉਸੇ ਗਲਾਸ ਦਾ ਇਸਤੇਮਾਲ ਜਿਹੜਾ ਸ਼ਰਾਬ ਪੀਣ ਲਈ ਕਰ ਲਿਆ। ਇੱਕ ਤਾਂ ਹੁਣ ਬਿਲਕੁਲ ਉਹ ਗੁਰਦੁਆਰੇ ਦੇ ਪਿੱਛੇ ਵਿੱਚ ਵਾਂਗੂ ਹੀ ਸੀਗਾ, ਤੇ ਹੋਇਆ ਕੀ ਕਿ ਮੈਂ ਦੇਖਿਆ ਵੀ ਉਦੋਂ ਕੀ ਹੋਇਆ ਵੀ ਕੁਛ ਗੁਰਦੁਆਰੇ ਦੇ ਮੋਤਬਰ ਬੰਦੇ ਇਕੱਠੇ ਹੋਏ ਪਿੰਡ ਦੇ, ਉਹਨੂੰ ਕਿਹਾ ਵੀ ਭਾਈ ਅੱਗੇ ਤੋਂ ਜੇ ਐਂ ਕੀਤਾ ਤਾਂ ਤੈਨੂੰ ਜਿਹੜੀ ਹੈਗੀ ਆ ਅਸੀਂ ਸਜ਼ਾ ਦੇਵਾਂਗੇ, ਸਜ਼ਾ ਮਤਲਬ ਕੀ ਵੀ ਮਾੜਾ ਮੋਟਾ ਫਾਈਨ ਜਾਂ ਕੁਛ ਹੋਰ ਹੋ ਜੂਗਾ, ਜਾਂ ਫਿਰ ਅਸੀਂ ਪੁਲਿਸ ਨੂੰ ਕਹਾਂਗੇ ਵੀ ਉਹਨੂੰ ਮਤਲਬ ਐਂ ਧਮਕੀ ਦੇ ਕੇ ਛੱਡ ਦਿੱਤਾ ਗਿਆ। ਹੁਣ ਸਿੱਧੀ ਜੀ ਗੱਲ ਹੈ ਕਿ ਹੁਣ ਅੱਜ ਦੀ ਘੜੀ ਜਦੋਂ ਬੇਅਦਬੀਆਂ ਦੇ ਮਸਲੇ ਹੋ ਗਏ ਤਾਂ ਇਹ ਵੀ ਇਸ਼ੂ ਬਹੁਤ ਵੱਡੇ ਇਸ਼ੂ ਬਣ ਗਏ ਵੀ ਕੋਈ ਸ਼ਰਾਬ ਪੀ ਕੇ ਆ ਗਿਆ, ਹਾਲਾਂਕਿ ਮੈਂ ਇਹ ਨਹੀਂ ਕਹਿੰਦਾ, ਮੈਂ ਜਸਟੀਫਾਈ ਨਹੀਂ ਕਰ ਰਿਹਾ, ਪਰ ਉਸ ਮਸਲੇ ਵਿੱਚ ਕਤਲ ਹੋ ਜਾਂਦਾ ਜਿਹੜਾ ਇਹ ਕਤਲਾਂ ਦਾ ਰੁਝਾਨ ਆ ਨਾ। ਦੇਖੋ ਘਟਨਾ ਮਾੜੀ ਹੈ ਉਹ ਸਾਰੇ ਆਪਾਂ ਨਿੰਦਦੇ ਹਾਂ ਵੀ ਉਹ ਨਹੀਂ ਹੋਣਾ ਚਾਹੀਦਾ, ਪਰ ਜਿਹੜਾ ਕਤਲ ਕਰ ਦੇਣਾ ਕਿ ਕਿਤੇ ਇਹ ਤਾਂ ਨਹੀਂ ਵੀ ਕੱਲ੍ਹ ਨੂੰ ਅਸੀਂ ਇੰਨੇ ਜ਼ਿਆਦਾ ਸਹਿਨਸ਼ੀਲ ਹੋ ਜਾਈਏ ਵੀ ਅਸੀਂ ਇੱਕ ਸਾਇੰਟੀਫਿਕ ਢੰਗ ਦੇ ਨਾਲ ਵੀ ਫਲਾਣੀ ਜਗ੍ਹਾ ਜਾ ਕੇ ਵੀ ਕੀਤਾ, ਕਿਤੇ ਇਹ ਤਾਂ ਨਹੀਂ ਵੀ ਅਸੀਂ ਇਸ ਤਰ੍ਹਾਂ ਦਾ ਇੱਕ ਮਾਹੌਲ ਬਣਾ ਰਹੇ ਹਾਂ ਸਮਾਜ ਦੇ ਵਿੱਚ ਜਿਹੜਾ ਮਾਹੌਲ ਸਾਡੇ ਸਵਾਲ ਕਰਨ ਉੱਤੇ ਹੀ ਜਿਹੜਾ ਕਿਤੇ ਅੱਗੇ ਜਾ ਕੇ ਪਾਬੰਦੀ ਲਾ ਦੂ। ਹਾਲਾਂਕਿ ਸਵਾਲ ਕਰਨ ਵਾਲਿਆਂ ਦੀ ਤੁਲਨਾ ਮੈਂ ਇਹੋ ਜਿਹੇ ਲੋਕਾਂ ਨਾਲ ਨਹੀਂ ਕਰ ਰਿਹਾ ਜਿਹੜੇ ਇਦਾਂ ਦੇ ਬੇਵਕੂਫ ਲੋਕ ਨੇ ਜਿਹਨਾਂ ਦੇ ਤਾਂ ਸਿਰ ਫਿਰੇ ਲੋਕ ਨੇ, ਪਰ ਕਿਤੇ ਨਾ ਕਿਤੇ ਇਹ ਰੁਝਾਨ ਇਸ ਤਰਫ ਤਾਂ ਨਹੀਂ ਜਾਂਦਾ ਹੈਗਾ। ਦੂਜੀ ਚੀਜ਼ ਹੈਗੀ ਆ ਕਿ ਇਹ ਜਿਹੜੇ ਰੁਝਾਨ ਨੇ ਇਹ ਹੈਗੇ ਨੇ ਅਮਨ ਕਾਨੂੰਨ ਦੇ ਮਸਲੇ ਨੇ, ਇਹ ਅਮਨ ਕਾਨੂੰਨ ਦੇ ਨਾਲ ਨਾਲ ਕੁਛ ਪੋਲੀਟੀਕਲ ਮਸਲੇ ਵੀ ਨੇ, ਕਿਉਂਕਿ ਪੋਲੀਟੀਕਲ ਇਸ ਲਈ ਨੇ ਕਿ ਕੁਝ ਧਿਰਾਂ ਚਾਹੁੰਦੀਆਂ, ਦੇਖੋ ਇਹ ਸਿੱਧੀ ਜਿਹੀ ਗੱਲ ਆ, ਇੱਕ ਧਿਰ ਚਾਹੁੰਦੀ ਆ ਲੁਕਮੀ ਧਿਰ ਹੈ ਕੋਈ ਵੀ ਕਿਸੇ ਗੁਰਦੁਆਰੇ ਜਾਂ ਕਿਸੇ ਮੰਦਰ ਦੇ ਵਿੱਚ ਕੁਛ ਗਲਤ ਕੀਤਾ ਜਾਵੇ ਤੇ ਜਨਤਾ ਭਟਕੇ ਉਹ ਕੋਈ ਐਕਸ਼ਨ ਕਰੇ। ਇਹਦਾ ਮਤਲਬ ਜਦੋਂ ਤੁਸੀਂ ਭੱਟ ਕੇ ਐਕਸ਼ਨ ਕਰਨੇ ਤਾਂ ਉਹ ਬੰਦਾ ਤਾਂ ਕਾਮਯਾਬ ਆ, ਜਿਹੜਾ ਬੰਦਾ ਇਹ ਕੰਮ ਕਰਾਉਣਾ ਚਾਹੁੰਦਾ ਉਹ ਤਾਂ ਕਾਮਯਾਬ ਹੋ ਗਿਆ। ਉਹ ਬੰਦਾ ਹੀ ਚਾਹੁੰਦਾ ਵਾ ਨਾ ਕਿ ਦੇਖੋ ਵੀ ਬੰਦੇ ਦਾ ਕਤਲ ਹੋ ਜਾਵੇ, ਕਤਲ ਹੋ ਕੇ ਫਿਰ ਉਹਨੂੰ ਨੈਸ਼ਨਲ ਮੀਡੀਆ ਜਾਂ ਹੋਰ ਲੋਕ ਚੱਕਣਗੇ ਵੀ ਦੇਖੋ ਜੀ ਆਪਾਂ ਭਾਈਚਾਰਾ ਤਾਂ ਇੰਨਾ ਸਹਿਨਸ਼ੀਲ ਨੇ ਤਾਂ ਇਹ ਕਰ ਦਿੱਤਾ। ਇਹਦਾ ਮਤਲਬ ਤੁਸੀਂ ਉਹਦੇ ਟ੍ਰੈਪ ਵਿੱਚ ਆ ਕੇ ਇਹ ਮਸਲੇ ਨੂੰ ਇੱਕ ਸਹੀ ਢੰਗ ਨਾਲ ਕਿਵੇਂ ਨਜਿੱਠਣਾ। ਈਵਨ ਇੱਥੋਂ ਤੱਕ ਕਿ ਗੁਰਬਾਣੀ ਵਿੱਚ ਹੀ ਦੀ ਸ਼ਰਨ ਵੀ ਲੈ ਲਓ, ਉਹ ਵੀ ਤੁਹਾਨੂੰ ਇਹੋ ਜਿਹਾ ਸਹਿਨਸ਼ੀਲ ਬਣਨ ਦੀ ਗੱਲ ਨਹੀਂ ਕਹਿੰਦੀ ਹੈਗੀ। ਸੋ ਜਿਵੇਂ ਮੈਨੂੰ ਬੜਾ ਦੁੱਖ ਹੋਇਆ ਜਿਹਦੀ ਆ ਜਿਹੜਾ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਨੇ ਵੀ ਬਿਆਨ ਦਿੱਤਾ ਵੀ ਦੇਖੋ ਜੀ ਜਜ਼ਬਾਤ ਭੜਕ ਜਾਂਦੇ ਐਂ ਹੋ ਜਾਂਦਾ ਹੁੰਦਾ, ਇਹ ਕੋਈ ਸਿਆਣੇ ਲੀਡਰਾਂ ਦੀ ਜਿਹੜੀ ਨਿਸ਼ਾਨੀ ਨਹੀਂ ਹੈਗੀ ਵੀ ਜਜ਼ਬਾਤ ਭੜਕ ਜਾਂਦਾ। ਅੱਛਾ ਦੂਜੀ ਚੀਜ਼ ਉਹ ਜਿਹੜਾ ਮੁੰਡਾ ਦਰਬਾਰ ਸਾਹਿਬ ਵਿੱਚ ਜਿਹਨੇ ਉਹ ਬੇਅਦਬੀ ਕਰਨ ਦੀ ਕੋਸ਼ਿਸ਼ ਕੀਤੀ ਸੀ ਚੋਣਾਂ ਵੇਲੇ, ਉਹਨੂੰ ਮਾਰ ਦਿੱਤਾ ਗਿਆ ਤੇ ਉਹਦਾ ਅਜੇ ਤੱਕਰ ਪਤਾ ਹੀ ਨਹੀਂ ਲੱਗਿਆ ਅਜੇ ਤੱਕਰ, ਜਦੋਂ ਉਹਦੇ ਬਾਰੇ ਚੁੱਪ ਨੇ ਸਾਰੇ ਸਾਡੇ ਧਾਰਮਿਕ ਲੀਡਰ ਵੀ ਚੁੱਪ ਨੇ ਤੇ ਹਕੂਮਤਾਂ ਵੀ ਚੁੱਪ ਆ ਕਿ ਉਹਦਾ ਬਣਿਆ ਕੀ ਹੈ, ਕਿੱਥੋਂ ਆਇਆ ਸੀ, ਕਿੱਥੋਂ ਨਹੀਂ। ਇਹਦਾ ਮਤਲਬ ਬੰਦੇ ਆ ਕੇ ਮਰ ਜਾ ਕਰਨਗੇ, ਸਾਨੂੰ ਪਤਾ ਲੱਗਿਆ ਨਹੀਂ ਕਰੂਗਾ, ਘਟਨਾਵਾਂ ਫਿਰ ਵੀ ਉਸੇ ਤਰ੍ਹਾਂ ਹੋਈ ਜਾਇਆ ਕਰਨਗੀਆਂ। ਪਰ ਕਿਤੇ ਨਾ ਕਿਤੇ ਪੰਜਾਬ ਦੇ ਸ਼ਾਂਤ ਮਾਹੌਲ ਨੂੰ ਲਾਂਬੂ ਲਾਉਣ ਦੇ ਵਿੱਚ ਇਹ ਘਟਨਾਵਾਂ ਜਿਹੜੀਆਂ ਨੇ
ਉਹ ਬਿਲਕੁਲ ਮਦਦਗਾਰ ਬਿਲਕੁਲ ਯੋਗਦਾਨ ਪਾਉਂਦੀਆਂ ਨੇ, ਲਾਂਬੂ ਲਾਂਚ ਪਾਉਂਦੀਆਂ ਨੇ। ਸਗੋਂ ਸਾਨੂੰ ਲੱਗਦਾ ਵੀ ਜਿਹੜੇ ਬੰਦੇ ਠੱਜ ਨੇ ਕਤਲ ਕਰ ਦਿੰਦੇ ਨੇ ਜੀ, ਸੋਧਾ ਲਾਤਾ ਫਲਾਨਾ ਕਰ ਦਿੱਤਾ, ਉਹ ਵੀ ਉਹਨਾਂ ਦੇ ਹੀ ਹੱਥਕੰਡਿਆਂ ਦਾ ਹੀ ਹਿੱਸਾ ਬਣ ਰਹੇ ਹੈਗੇ ਨੇ। ਜਿਵੇਂ ਸਿੰਘੂ ਬਾਰਡਰ ਦੇ ਉੱਤੇ ਇਹ ਕਿਹਾ ਜੀ ਇੱਕ ਗ੍ਰੰਥ ਦੀ ਬੇਅਦਬੀ ਕਰਤੀ, ਪਹਿਲਾਂ ਤਾਂ ਝੂਠ ਬੋਲਿਆ ਗਿਆ ਗੁਰੂ ਗ੍ਰੰਥ ਸਾਹਿਬ ਦੀ ਕੀਤੀ ਆ, ਗੁਰੂ ਗ੍ਰੰਥ ਸਾਹਿਬ ਹੈ ਹੀ ਨਹੀਂ ਸੀ, ਉਹ ਨਿਹੰਗਾਂ ਦਾ ਸਰਬ ਲੋਕ ਗ੍ਰੰਥ ਸੀਗਾ। ਸਰਬ ਲੋਕ ਗ੍ਰੰਥ ਉਹ ਹੋਇਆ ਜੇ ਜਿਹੜਾ ਕਿ ਗੁਰਬਾਣੀ ਨਾਲ ਦੂਰ ਤੱਕ ਦਾ ਵੀ ਜਿਹਦਾ ਰਿਸ਼ਤਾ ਨਹੀਂ ਹੈਗਾ, ਤੇ ਉਹਦੇ ਪਿੱਛੇ ਇੱਕ ਬੰਦਾ ਮਾਰਤਾ, ਬਾਅਦ ਵਿੱਚ ਕੈਰਵਾਨ ਮੈਗਜ਼ੀਨ ਨੇ ਸਟੋਰੀ ਕੀਤੀ ਕਿ ਉਹ ਇੱਕ ਟ੍ਰੈਪ ਉਹਦੇ ਵਿੱਚ ਹੋਇਆ ਸੀ ਕਿ ਉਸ ਨੇ ਉਹ ਇੱਕ ਨਿਹੰਗ ਬੰਦਾ ਉਹਨੂੰ ਉਹਦੇ ਪਿੰਡੋਂ ਜਾ ਕੇ ਲੈ ਕੇ ਆਇਆ। ਇਹ ਕੈਰਵਾਨ ਦੀ ਸਟੋਰੀ ਸੀ, ਉਹ ਬਹੁਤੇ ਲੋਕਾਂ ਨੇ ਸ਼ਾਇਦ ਨਹੀਂ ਪੜ੍ਹੀ ਹੈਗੀ, ਉਹ ਪੜ੍ਹ ਸਕਦੇ ਨੇ ਗੂਗਲ ਤੇ ਸਰਚ ਮਾਰ ਕੇ। ਜਤਿੰਦਰ ਕੌਰ ਤੁਰ ਨੇ ਕੀਤੀ ਸੀ ਕਿ ਉਹਦੇ ਉਹਦੇ ਪਿੰਡ ਰਿਹਾ, ਉਹਦੇ ਨਾਲ ਰਿਹਾ, ਉਹਨੂੰ ਫਿਰ ਲੈ ਕੇ ਉੱਥੇ ਬਾਰਡਰ ਤੇ ਲੈ ਕੇ ਆਇਆ, ਸਿੰਘੂ ਬਾਰਡਰ ਤੇ। ਉਹ ਅਨਪੜ੍ਹ ਕਮਲਾ ਜਿਹਾ ਬੰਦਾ ਸੀਗਾ ਇੱਕ ਤਰ੍ਹਾਂ ਦਾ, ਤੇ ਉਸ ਤੋਂ ਬਾਅਦ ਵਿੱਚ ਉਹਦੇ ਤੇ ਦੋਸ਼ ਲਾ ਕੇ ਜਿਹੜਾ ਕੀਤਾ, ਤੇ ਬਾਅਦ ਵਿੱਚ ਇੱਕ ਉਹਦੇ ਵਿੱਚੋਂ ਹੀ ਉਸ ਗਰੁੱਪ ਦਾ ਇੱਕ ਨਿਹੰਗ ਜਿਹੜਾ ਕੇਂਦਰੀ ਮੰਤਰੀ ਦਾ ਰੋਟੀ ਖਾਂਦਾ ਦੇਖਿਆ ਗਿਆ। ਇਹ ਕਹਾਣੀ ਕਿੱਥੇ ਜਾਂਦੀ ਸੀਗੀ? ਮਤਲਬ ਇਹ ਚੀਜ਼ਾਂ ਜਦੋਂ ਅਸੀਂ ਮਤਲਬ ਨਾ ਅੱਖਾਂ ਮੀਚ ਕੇ ਹੀ ਬਿਆਨਬਾਜ਼ੀ ਕਰਨ ਲੱਗ ਜਾਂਦੇ ਹਾਂ ਤਾਂ ਉਹ ਕਿਤੇ ਨਾ ਕਿਤੇ ਮੁਆਸ਼ਰੇ ਲਈ ਵੀ ਸਹੀ ਨਹੀਂ ਰਹਿੰਦੀਆਂ ਹੈਗੀਆਂ। ਸ਼ਿਵਿੰਦਰ ਜੀ, ਜਾਂਦੇ ਜਾਂਦੇ ਗੁਆਂਢੀ ਮੁਲਕ ਜਿੱਥੇ ਲਹਿੰਦਾ ਪੰਜਾਬ ਸਾਡਾ ਹੈ ਵਸਦਾ, ਸਾਡੀਆਂ ਜੜ੍ਹਾਂ ਨੇ, ਸਾਡਾ ਇਤਿਹਾਸ ਜਿਹੜਾ ਹੈਗਾ ਉਹ ਅੱਜ ਵੀ ਉੱਥੇ ਮੌਜੂਦ ਆ। ਪਾਕਿਸਤਾਨ ਦੀ ਗੱਲ ਕਰਦੇ ਹਾਂ, ਸਿਆਸੀ ਤੂਫਾਨ ਦੇ ਵਿੱਚ ਪਾਕਿਸਤਾਨ ਦੀ ਨਈਆ ਡਗਮਗਾਉਂਦੀ ਨਜ਼ਰ ਆ ਰਹੀ ਹੈ, ਇੱਕ ਗ੍ਰਹਿ ਯੁੱਧ ਵਾਲੀ ਸਥਿਤੀ ਹੈ। ਅਸਲ ਤਸਵੀਰ ਤੁਸੀਂ ਕੀ ਬਿਆਨ ਕਰਦੇ ਹੋ? ਇਮਰਾਨ ਖਾਨ ਨੂੰ ਜਿਹੜੀ ਰਾਹਤ ਮਿਲ ਗਈ ਹੈ ਸੁਪਰੀਮ ਕੋਰਟ ਵੱਲੋਂ, ਜ਼ਮਾ ਉਹ ਆ ਗਿਆ, ਰਿਹਾ ਹੋ ਕੇ ਆ ਗਿਆ ਜੀ। ਉਦੋਂ ਬਾਅਦ ਵਿੱਚ ਹੁਣ ਸਾਡੇ ਲਈ ਸਭ ਤੋਂ ਵੱਡਾ ਸੰਕਟ ਤਾਂ ਇਹ ਹੈਗੀ ਹੈ ਕਿ ਇੱਕ ਪਾਸੇ ਤਾਂ ਉੱਥੇ ਜਮਹੂਰੀਅਤ ਦੇ ਪੈਰ ਨਹੀਂ ਲੱਗੇ ਹੈਗੇ, ਦੂਜੀ ਉੱਥੇ ਸਭ ਤੋਂ ਵੱਡੀ ਘਟਨਾ ਇਹ ਹੈਗੀ ਹੈ ਬਰਾੜ ਸਾਹਿਬ ਕਿ ਵੀ ਕੋਈ ਏਦਾਂ ਦਾ ਲੀਡਰ ਪੈਦਾ ਹੋ ਜਾਂਦਾ ਜਿਹਨੂੰ ਜੇ ਅਦਾਲਤ ਦੀ ਕਾਰਵਾਈ ਦਾ ਸਾਹਮਣਾ ਜਾਂ ਗ੍ਰਿਫਤਾਰੀ ਦਾ ਸਾਹਮਣਾ ਵੀ ਕਰਨਾ ਪੈ ਜਾਵੇ ਤਾਂ ਕਹਿੰਦੇ ਅਸੀਂ ਅੱਗਾਂ ਲਾ ਦਿੰਦੇ ਹਾਂ, ਫਲਾਨਾ ਕਰ ਦਾਂਗੇ। ਇਹ ਵੀ ਮਤਲਬ ਨਾ ਘਟਨਾਵਾਂ ਕੋਈ ਸਹੀ ਨਹੀਂ ਹੈਗੀਆਂ, ਕਿਉਂਕਿ ਜਦੋਂ ਅਸੀਂ ਨਾ ਜਿਵੇਂ ਭਾਰਤ ਵਿੱਚ ਵੀ ਮੋਦੀ ਪੈਦਾ ਹੋ ਗਿਆ, ਮੈਂ ਤਾਂ ਇਮੈਜਿਨ ਕਰਕੇ ਸਗੋਂ ਮੈਂ ਤਾਂ ਇਸ ਲਈ ਪਰੇਸ਼ਾਨ ਹੁੰਦਾ ਵੀ ਕੱਲ੍ਹ ਨੂੰ ਜੇ ਮੋਦੀ ਸੱਤਾ ਚੋਂ ਲੈ ਜਾਵੇ, ਮੋਦੀ ਵਿਰੁੱਧ ਕੋਈ ਕੇਸ ਖੋਲ੍ਹੇ ਜਾਣ, ਕਿਤੇ ਮੋਦੀ ਪਾਕਿਸਤਾਨ ਹੀ ਇੱਦਾਂ ਕਰਨ ਲੱਗ ਜਾਣਗੇ ਸਾਡੇ ਮੁਲਕ ਦੇ ਵਿੱਚ। ਇਹ ਮਤਲਬ ਭਾਰਤ ਲਈ ਵੀ ਸੋਚਣ ਵਾਲੀ ਗੱਲ ਹੈਗੀ ਆ ਤੇ ਸਾਡੇ ਸਾਰਿਆਂ ਲਈ ਵੀ ਕਿ ਡੈਮੋਕ੍ਰੇਸੀ ਕਿਵੇਂ ਸੁੰਗੜ ਰਹੀ ਆ। ਜੇ ਅਸੀਂ ਇਹ ਭਾਰਤ ਲਈ ਸਭ ਕਹਿ ਗਏ, ਜੇ ਅਸੀਂ ਸ਼ੀਸ਼ਾ ਦੇਖੀਏ ਤਾਂ ਉਸ ਸ਼ੀਸ਼ੇ ਵਿੱਚ ਆਪਣੀ ਚਿਹਰਾ ਦੇਖੀਏ ਤਾਂ ਸਾਨੂੰ ਪਾਕਿਸਤਾਨ ਦਾ ਚਿਹਰਾ ਦੇਖੂਗਾ, ਜੋ ਕੁਛ ਭਾਰਤ ਵਿੱਚ ਵੀ ਹੋ ਰਿਹਾ ਤੇ ਭਾਰਤ ਵਿੱਚ ਵੀ ਇੱਕ ਲੀਡਰ ਨੂੰ ਰੱਬ ਵਾਂਗੂ ਪੇਸ਼ ਕੀਤਾ ਜਾਂਦਾ, ਉਦੋਂ ਇਮਰਾਨ ਖਾਨ ਨੂੰ ਪੇਸ਼ ਕੀਤਾ ਗਿਆ। ਹਾਲਾਂਕਿ ਜੋ ਪਾਕਿਸਤਾਨ ਦੀ ਮੌਜੂਦਾ ਹਾਲਤ ਬਣੀ ਹੋਈ ਹੈ ਉਹਦੇ ਵਿੱਚ ਜਿਹੜੇ 4-5 ਸਾਲ ਇਮਰਾਨ ਖਾਨ ਦੇ ਸੀ ਉਹਦੇ ਵਿੱਚ ਉਹ ਵੀ ਦੋਸ਼ੀ ਆ, ਉਹਨੂੰ ਵੀ ਤੁਸੀਂ ਉਹਨੂੰ ਮੁਕਤ ਨਹੀਂ ਕਰ ਸਕਦੇ ਹੈਗੇ। ਪਾਕਿਸਤਾਨ ਦਾ ਇੱਕ ਵੱਡਾ ਸਿਆਸੀ ਸੰਕਟ ਆ, ਆਰਥਿਕ ਸੰਕਟ ਆ, ਜਿਹਦੇ ਲਈ ਉੱਥੇ ਦੀ ਫੌਜ, ਉੱਥੇ ਦੇ ਹੁਕਮਰਾਨ ਜ਼ਿੰਮੇਵਾਰ ਨੇ, ਉਹਦੇ ਵਿੱਚ ਇਮਰਾਨ ਖਾਨ ਵੀ ਇੱਕ ਹੈ। ਅੱਜ ਕੱਲ੍ਹ ਚਾਈਨਾ ਦਾ ਨਾਮ ਜਿਹੜਾ ਹੈਗਾ ਪਾਕਿਸਤਾਨ ਨਾਲ ਜੁੜਨੋਂ ਬੜਾ ਦੇਖਣ ਦੇ ਵਿੱਚ ਆ ਰਿਹਾ ਕਿ ਲਗਭਗ ਬੰਦ ਹੋ ਗਿਆ। ਇਹ ਕਿਸੇ ਟਾਈਮ ਇਹ ਅਫਵਾਹਾਂ ਹੁੰਦੀਆਂ ਸੀ ਕਿ ਚਾਈਨਾ ਜਿਹੜਾ ਹੈ ਪਾਕਿਸਤਾਨ ਦੀ ਇਕੋਨਮੀ ਨੂੰ ਜਿਹੜਾ ਹੈਗਾ ਉਹ ਸੈੱਟ ਕਰਿਆ ਕਰੇਗਾ। ਭਵਿੱਖ ਪਾਕਿਸਤਾਨ ਦਾ ਕਿਹੋ ਜਿਹਾ ਨਜ਼ਰ ਆਉਂਦਾ ਤੁਹਾਨੂੰ? ਬੈਕਟ ਤਾਂ ਹਲੇ ਵੀ ਚਾਈਨਾ ਹਮਦਰਦੀ ਰੱਖਦਾ, ਪਰ ਚੱਕਰ ਹੈਗਾ ਨਾ ਜਿਸ ਤਰ੍ਹਾਂ ਦੇ ਹਾਲਤ ਵਿੱਚ ਆ ਗਿਆ ਪਾਕਿਸਤਾਨ, ਉਹਨੂੰ ਹੁਣ ਕੋਈ ਮਦਦ ਕਰਨ ਨੂੰ ਤਿਆਰ ਨਹੀਂ ਹੈਗਾ, ਕਿਉਂਕਿ ਉਹ ਪਤਾ ਵੀ ਉੱਥੇ ਪੈਸਾ ਜਿਹੜਾ ਲਾਇਆ ਜਾਊਗਾ ਮੁੜਨਾ ਨਹੀਂ ਹੈਗਾ। ਕੋਈ ਵੀ ਮੁਲਕ ਆ, ਚਾਹੇ ਤੁਹਾਡਾ ਜਿੰਨਾ ਮਰਜ਼ੀ ਵਧੀਆ ਮਿੱਤਰ ਹੋਵੇ, ਉਹ ਤੁਹਾਨੂੰ ਪੈਸਾ ਉਦੋਂ ਹੀ ਲਾਊਗਾ ਜਦੋਂ ਉਹਨੂੰ ਕੋਈ ਸੰਭਾਵਨਾ ਲੱਗਦੀ ਹੈ। ਇਹਦੇ ਇੱਕ ਸਿੰਪਲ ਜਿਹੀ ਉਦਾਹਰਨ ਆ, ਜੇ ਤੁਹਾਡਾ ਸਕਾ ਭਰਾ ਵਾ, ਤੁਹਾਡਾ ਸਕਾ ਭਰਾ ਵੀ ਤੁਹਾਨੂੰ ਤਾਂ ਪੈਸੇ ਦਊਗਾ, ਇੱਕ ਅੱਧੀ ਵਾਰ ਤਾਂ ਤੁਹਾਡੀ ਚੱਲ ਮਦਦ ਕਰ ਦੂਗੀ, ਮੇਰਾ ਭਰਾ ਹੈ। ਉਦੋਂ ਬਾਅਦ ਵਿੱਚ ਵਾਰ ਵਾਰ ਜਦੋਂ ਤੁਹਾਡੇ 'ਤੇ ਹੀ ਡਿਪੈਂਡ ਹੋ ਗਿਆ, ਤੁਸੀਂ ਉਦੋਂ ਸੋਚ ਕੇ ਕਹੋਗੇ ਵੀ ਯਾਰ ਇਹ ਪੈਸਾ ਇਹ ਜਿਹੜਾ ਹੈਗਾ ਇਹ ਬਰਬਾਦ ਤਾਂ ਨਹੀਂ ਕਰ ਰਿਹਾ, ਇਹ ਪੈਸਾ ਜਿਹੜਾ ਹੈਗਾ ਇਹ ਕਿਤੇ ਵਾਪਸ ਮੇਰੇ ਕੋਲ ਆਜੂਗਾ ਕਿ ਨਹੀਂ ਆਜੂਗਾ, ਵੀ ਮੇਰਾ ਹੀ ਕਿਤੇ ਬਰਬਾਦ ਹੋ ਜੂਗਾ। ਇਹ ਜਦੋਂ ਸਕਾ ਭਾਈ ਐਂ ਸੋਚ ਸਕਦਾ ਤਾਂ ਦੂਜਾ ਮੁਲਕ ਦੇ ਮਾਮਲੇ ਵਿੱਚ ਤਾਂ ਇਹ ਗੱਲ ਲਾਗੂ ਹੁੰਦੀ ਹੁੰਦੀ ਹੈ ਜੀ। ਸ਼ਿਵਿੰਦਰ ਜੀ, ਅੱਜ ਦੀਆਂ ਤਾਜ਼ਾ ਤਰੀਨ ਖਬਰਾਂ ਅਤੇ ਵਿਚਾਰ ਚਰਚਾ ਲਈ, ਟਿੱਕਾ ਟਿੱਪਣੀ ਲਈ ਰੇਡੀਓ ਪੰਜਾਬ ਟੂਡੇ ਦੀ ਸਮੁੱਚੀ ਟੀਮ ਵੱਲੋਂ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਬਹੁਤ ਬਹੁਤ ਮਿਹਰਬਾਨੀ ਬ੍ਰਾਂਡ ਸਾਹਿਬ। ਇਹ ਸਨ ਸੀਨੀਅਰ ਪੱਤਰਕਾਰ ਸ਼ਿਵਿੰਦਰ ਜੀ, ਅਤੇ ਪ੍ਰੋਗਰਾਮ ਸ਼ਮਾਦਾਨ ਦੇ ਵਿੱਚ ਵੇਲਾ ਹੋ ਰਿਹਾ ਇੱਕ ਬ੍ਰੇਕ ਦਾ।